ਵਾਚ ਆਊਟ ਗਾਣੇ ਦੇ ਵਿੱਚ ਤਾਂ ਉਹਨੇ ਹੱਥ ਹੀ ਮੁਕਾਤੀ ਉਹ ਉੱਥੇ ਕਹਿੰਦਾ ਵੀ ਜਿੰਨੇ ਵਜਣਾ ਮੇਰੀ ਛਾਤੀ ਤੇ ਆ ਕੇ ਵਜੋ ਸਿੱਧਾ ਜੇ ਮੈਨੂੰ ਛੱਡ ਦੋਗੇ ਤਾਂ ਮੈਂ ਤੁਹਾਨੂੰ ਨਹੀਂ ਛੱਡਣਾ ਕਿਉਂਕਿ ਉਹਨੂੰ ਪਤਾ ਸੀਗਾ ਕਿ ਇਹ ਮੇਰੇ ਮਗਰ ਲੱਗੇ ਹੋਏ ਆ ਉਸ ਬੰਦੇ ਨੇ ਤਾਂ ਆਪ ਦਾ ਕਿਰਦਾਰ ਦਿਖਾਤਾ ਉਹਨੇ ਤਾਂ ਆਪਦੀ ਦਲੇਰੀ ਦਿਖਾਤੀ ਲੇਕਿਨ ਇਹਨਾਂ ਲੋਕਾਂ ਨੇ ਆਪਦਾ ਚਰਿੱਤਰ ਦਿਖਾਤਾ ਵੀ ਇਹ ਕਿੱਡੇ ਡਰਪੋਕ ਨੇ ਕਿਡੇ ਇਹ ਧੋਕਲੇ ਚਰਿੱਤਰ ਦੇ ਲੋਕ ਨੇ ਜਿਹੜੇ ਜੇਲ੍ਹਾਂ ਦੇ ਅੰਦਰ ਬੈਠ ਕੇ ਫੇਸਬੁੱਕਾਂ ਦੇ ਸਿਰਫ ਪੋਸਟਾਂ ਪਾਣ ਜੋਗੇ ਨੇ ਜਦੋਂ ਅਸਲ ਦੇ ਵਿੱਚ ਲੜਾਈ ਲੜਨ ਦਾ ਮੌਕਾ ਸੀਗਾ ਉਦੋਂ ਉਹ ਬਿਲਕੁਲ ਭੱਜ ਗਿਆ ਹਾਲਾਂਕਿ ਲਾਰੈਂਸ ਨੂੰ ਇਸ ਗੱਲ ਦਾ ਪਤਾ ਹੈ ਜੇ ਐਸ ਮਰਡਰ ਕੇਸ ਦੇ ਵਿੱਚ ਉਹ ਨੂੰ ਸਜ਼ਾ ਨਹੀਂ ਵੀ ਹੁੰਦੀ ਤਾਂ ਵੀ ਉਹ ਜੇਲ੍ਹ ਤੋਂ ਬਾਹਰ ਨਹੀਂ ਆਊਗਾ ਜੇ ਉਹਦੇ ਅੰਦਰ ਥੋੜੀ ਜਿਹੀ ਵੀ ਦਲੇਰੀ ਹੁੰਦੀ ਜਾਂ ਥੋੜਾ ਜਿਹਾ ਵੀ ਉਹਦੇ ਅੰਦਰ ਮੰਨ ਲਓ ਜੇ ਉਹ ਗੈਂਗਸਟਰ ਅਸਲ ਦੇ ਵਿੱਚ ਗੈਂਗਸਟਰ ਹੁੰਦਾ ਤੇ ਉਹਨੇ ਜਿਵੇਂ ਇਸ ਤਰ੍ਹਾਂ ਦੀ ਐਪਲੀਕੇਸ਼ਨ ਫਾਈਲ ਨਹੀਂ ਕਰਨੀ ਹੁਣ ਕੀ ਲਾਰੈਂਸ ਦੇ ਖਿਲਾਫ ਬੋਲਦੇ ਹੋ ਮੈਨੂੰ ਕੋਈ ਇਸ ਤਰ੍ਹਾਂ ਦਾ ਕਾਗਜ਼ਾਂ ਦੇ ਵਿੱਚ ਨਜ਼ਰ ਹੀ ਨਹੀਂ ਆਉਂਦਾ ਕਿ ਉਸ ਬੰਦੇ ਨੇ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਹੋਵੇ ਜਿੰਦੇ ਕਰਕੇ ਉਹਦੇ ਹੱਕ ਚ ਬੋਲਣਾ ਚਾਹੀਦਾ ਜਾਂ ਉਹਦੇ ਵਾਸਤੇ ਕੋਈ ਮੈਨੂੰ ਹਮਦਰਦੀ ਹੋਣੀ ਚਾਹੀਦੀ ਹੈ ਕਿ ਜਿਸ ਦਿਨੇ ਇੰਟਰਨੈਟ ਦੀ ਫੈਸਿਲਿਟੀ ਬੰਦ ਹੋ ਗਈ ਐਸ ਬੰਦੇ ਦੇ ਅੰਦਰ ਤਾਂ ਹਿੰਮਤ ਨਹੀਂ ਹੈਗੀ ਕਿਸੇ ਤੋਂ ਇੱਕ ਥੱਪੜ ਵੀ ਬਰਦਾਸ਼ਤ ਕਰ ਸਕੇ ਕਿਸੇ ਤੋਂ ਸਿੱਧੂ ਮੁਸੇਵਾਲੇ ਦਾ ਜਦੋਂ ਮਰਡਰ ਹੋਇਆ ਉਸ ਟਾਈਮ ਤੇ ਇਹ ਲੋਕ ਇੰਟਰਨੈਟ ਤੇ ਛਾਤੀਆਂ ਠੋਕ-ਠੋਕ ਕੇ ਕਹਿ ਰਹੇ ਸੀਗੇ ਕਿ ਮੈਂ ਮਰਡਰ ਕਰਾਇਆ ਮੈਂ ਮਰਡਰ ਕਰਾਇਆ ਇਹਨਾਂ ਦੀਆਂ ਫੇਸਬੁੱਕ ਪੋਸਟਾਂ ਹੱਲੇ ਵੀ ਪਈਆਂ ਨੇ ਇੰਟਰਵਿਊ ਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਇਹ ਕਹਿ ਰਿਹਾ ਕਦੇ ਸਿੱਧੂ ਨੂੰ ਗੈਂਗ ਗੈਂਗਵਾਰ ਦੇ ਨਾਲ ਜੋੜਿਆ ਗਿਆ ਲੇਕਿਨ ਜਦੋਂ ਤੁਸੀਂ ਇਹ ਐਪਲੀਕੇਸ਼ਨਾਂ ਪੜ੍ਹਦੇ ਹੋ ਤਾਂ ਤੁਹਾਨੂੰ ਨਜ਼ਰ ਆਉਂਦਾ ਕਿ ਡੱਡੂ ਤਰ੍ਹਾਂ ਆਇਆ ਹੱਥ ਜੋੜ ਕੇ ਖੜ੍ਹ ਗਿਆ ਕੋਰਟ ਦੇ ਵਿੱਚ ਸਾਜੀ ਅਸੀਂ ਮਰਡਰ ਨਹੀਂ ਕੀਤਾ ਅਸੀਂ ਜੀ ਸਾਡਾ ਕੋਈ ਰੋਲ ਨਹੀਂ ਹੈ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਦੇ ਹੱਥ ਬੰਨੇ ਆ ਕੋਰਟ ਦੇ ਅੱਗੇ ਉਹ ਸਿਰਫ ਆਪ ਦੇ ਆਪ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਐ ਇੱਕ ਗੱਲ ਤਾਂ ਸ਼ੋਰ ਹੋਗੀ ਕਿ ਸਿੱਧੂ ਮੂਸੇ ਵਾਲਾ ਦਾ ਗੈਂਗਸਟਰਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਕਿਹੜੀ ਗੱਲ ਤੁਹਾਨੂੰ ਇਸ ਪੂਰੀ ਐਪਲੀਕੇਸ਼ਨ ਦੇ ਵਿੱਚ ਲੱਗੀ ਕਿ ਦਮਦਾਰ ਗੱਲ ਸਰ ਪੈਰਾ ਨੰਬਰ 5 ਮੈਂ ਆਪਦੇ ਵੱਲੋਂ ਕੁਝ ਨਹੀਂ ਕਹਿੰਦਾ ਆ ਲੋਰੈਂਸ ਬਿਸ਼ਨੋਈ ਦੇ ਆਪਦੇ ਸ਼ਬਦ ਨੇ ਕਿਉਂਕਿ ਜਦੋਂ ਕਿਸੇ ਆ ਦੇਖ ਲਓ ਭਾਈ ਸਾਹਿਬ ਕੈਮਰੇ 'ਤੇ ਦਿਖਾ ਦਿਓ ਸ਼ਰੇ ਆਮੇ ਇਹ ਚੀਜ਼ ਲਿਖ ਰਿਹਾ ਕਿ ਸਿੱਧੂ ਮੂਸੇਵਾਲੇ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ ਨਾ ਮੈਂ ਕਦੇ ਉਹਦੇ ਕੋਲੋਂ ਕੋਈ ਫਰੋਤੀ ਮੰਗੀ ਹੈ ਨਾ ਹੀ ਮੈਨੂੰ ਉਸ ਬੰਦੇ ਦੇ ਨਾਲ ਕੋਈ ਮੇਰਾ ਸਬੰਧ ਸੀਗਾ ਦੇ ਪਿਤਾ ਜੀ ਨੇ ਡਟੂ ਸੇਮ ਗੱਲ ਕਹੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਹਿ ਰਹੇ ਹੋ ਕਿ ਜਦੋਂ ਇਹਨਾਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਕਰਾਇਆ ਮੇਰੇ ਪੁੱਤ ਦਾ ਕਤਲ ਕਰਾਇਆ ਉਦੋਂ ਛਾਤੀਆਂ ਚੌੜੀਆਂ ਕਰਕੇ ਕਹਿੰਦੇ ਸੀ ਕਿ ਅਸੀਂ ਮਰਵਾਇਆ ਔਰ ਉਦੋਂ ਫਰੋਤੀਆਂ ਦੇ ਰੇਟ ਇਹਨਾਂ ਨੇ ਵਧਾ ਲਏ ਇਹਨਾਂ ਨੂੰ ਫਰੋਤੀਆਂ ਮਹਿੰਗੀਆਂ ਮਹਿੰਗੀਆਂ ਹੋਰ ਮੋਟੀਆਂ ਫਰੋਤੀਆਂ ਮਿਲ ਗਈਆਂ ਕਹਿੰਦੇ ਹੁਣ ਜਦੋਂ ਸਜ਼ਾ ਦਾ ਟਾਈਮ ਨੇੜੇ ਆ ਰਿਹਾ ਆਉਂਦਾ ਲੱਗ ਰਿਹਾ ਤਾਂ ਹੁਣੇ ਮੁੱਕਰ ਰਹੇ ਕਹਿੰਦੇ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਇਆ ਫਿਰ ਸਾਫ਼ ਤੌਰ ਤੇ ਚਰਿੱਤਰ ਦਾ ਪਤਾ ਚੱਲਦਾ ਹੈ ਨਾ ਲੌਰੈਂਸ ਬਿਸ਼ਨੋਈ ਦੀ 45 ਮਿੰਟਾਂ ਦੀ ਇੱਕ ਇੰਟਰਵਿਊ ਤੇ ਉਸ ਤੋਂ ਬਾਅਦ 50 ਕੁ ਮਿੰਟਾਂ ਦੀ ਇੱਕ ਸੈਕਿੰਡ ਇੰਟਰਵਿਊ ਦੋ ਇੰਟਰਵਿਊਸ ਜਿਹੜੀਆਂ ਨੇ ਉਹ ਜੇਲ੍ਹ ਦੇ ਅੰਦਰੋਂ ਕੰਡਕਟ ਹੋਈਆਂ ਤੇ ਉਹ ਇੰਟਰਵਿਊਸ ਜਿਹੜੀਆਂ ਨੇ ਉਹ ਕਿਹੜੇ ਆਫੀਸਰਸ ਦੀ ਨਿਗਰਾਨੀ ਦੇ ਤਹਿਤ ਹੋਈਆਂ ਜਿੰਨੇ ਵੀ ਸੋਸ਼ਲ ਮੀਡੀਆ ਚੈਨਲਸ ਨੇ ਉਥੋਂ ਦੀ ਇਸ ਇੰਟਰਵਿਊ ਨੂੰ ਹਟਾਉਣ ਦੇ ਆਰਡਰ ਪਾਸ ਕਰਤੇ ਆ ਉਸ ਦੇ ਨਾਲ ਕੋਰਟ ਨੇ ਇਹ ਵੀ ਕਿਹਾ ਕਿ ਜਿਹੜਾ ਇਸ ਇੰਟਰਵਿਊ ਦਾ ਯੂਆਰਐਲ ਹੈ ਜਿਹੜਾ ਕਿ ਇੱਕ ਬੇਸਿਕ ਸਟੈਂਪ ਹੁੰਦਾ ਜਿੰਦੇ ਨਾਲ ਉਹ ਇੰਟਰਵਿਊ ਕਾਪੀ ਕੀਤੀ ਜਾ ਸਕਦੀ ਹੈ ਡਾਊਨਲੋਡ ਕੀਤੀ ਜਾ ਸਕਦੀ ਹੈ ਉਹਨੂੰ ਡਿਲੀਟ ਕੀਤਾ ਜਾਏਗਾ ਤਾਂ ਕਿ ਫਿਊਚਰ ਦੇ ਵਿੱਚ ਕੋਈ ਵੀ ਬੰਦਾ ਇਸ ਇੰਟਰਵਿਊ ਨੂੰ ਐਕਸੈਸ ਨਾ ਕਰ ਸਕੇ ਕੋਟ ਨੇ ਟਿੱਪਣੀ ਕੀਤੀ ਹੈ ਕਿ ਇਹ ਇੰਟਰਵਿਊ ਜਿਹੜੀ ਹੈ ਉਹ ਗੈਂਗਸਟਰイズਮ ਨੂੰ ਗਲੋਰੀਫਾਈ ਕਰਦੀ ਹੈ ਇਹ ਇੰਟਰਵਿਊ ਬਹੁਤ ਇਨਸੈਂਸਟਿਵ ਹੈ ਕਿਸਾਬ ਦਾ ਵੀ ਹੋਇਆ ਸੀ ਕਿਸਾਬ ਟੈਰਰਿਸਟ ਸੀਗਾ ਤਾਂ ਹੁਣ ਕੀ ਕੁਝ ਜਿਸ ਤਰੀਕੇ ਦੇ ਨਾਲ ਇਹ ਇੰਟਰਵਿਊ ਹੋਇਆ ਕੀ ਉਹ ਇੰਟਰਵਿਊ ਪਰਮਿਸ਼ਨ ਦੇ ਤਹਿਤ ਹੋਇਆ ਸੀ ਇਹ ਵਿਦਆਊਟ ਪਰਮਿਸ਼ਨ ਕੀ ਇਸ ਤਰ੍ਹਾਂ ਦੀ ਕੋਈ ਗੱਲ ਹੈ ਇਹਦੇ ਵਿੱਚ ਟੈਕਨੀਕਲੀ ਜ਼ਰੂਰ ਮੈਂ ਚਾਹਣਾ ਤੁਸੀਂ ਸਮਝਾਓ ਅਸੀਂ ਐਪਲੀਕੇਸ਼ਨ ਲਗਾਈ ਕੋਰਟ ਦੇ ਵਿੱਚ ਕਿ ਇਸ ਇੰਟਰਵਿਊ ਦੀ ਜਾਂਚ ਹੋਣੀ ਚਾਹੀਦੀ ਹੈ ਕਿੱਥੇ ਕੀਤੀ ਗਈ ਕਿਹੜੇ ਬੰਦਿਆਂ ਨੇ ਕਰਵਾਈ ਤੋਂ ਲੱਗਦਾ ਹੈ ਕਿ ਕਿਸੇ ਜੇਲ੍ਹ ਅਧਿਕਾਰੀ ਨੂੰ ਨਹੀਂ ਪਤਾ ਹੋਊਗਾ ਕਿ ਇਹ ਇੰਟਰਵਿਊ ਹੋਈ ਕਿੱਥੇ ਆ ਜਾਂ ਇਹ ਲਾਰੇਂਸ ਨੂੰ ਵੀ ਪੁੱਛਿਆ ਜਾ ਸਕਦਾ ਸੀ ਲਿਆ ਕੇ ਕਿ ਲਾਰੇਂਸ ਇਹ ਇੰਟਰਵਿਊ ਕਿਹੜੀ ਥਾਂ ਤੇ ਹੋਈ ਹੈ ਕਿੰਨੇ ਤਰੀਕ ਨੂੰ ਹੋਈ ਹੈ ਇੱਕ ਲਾਰੇਂਸ ਬਿਸ਼ਨੋਈ ਦੀ ਐਪਲੀਕੇਸ਼ਨ ਹੈ ਔਰ ਇੱਕ ਦੂਜਰੀ ਏਰੀਆ ਐਪਲੀਕੇਸ਼ਨ ਹੈ ਉਹ ਜੱਗੂ ਭਗਵਾਨਪੁਰੀਏ ਦੀ ਹੈ ਉਹਦੇ ਚ ਦੋਨਾਂ ਚ ਉਹਨਾਂ ਨੇ ਬੈਨੀਫਿਟ ਕਿਸ ਚੀਜ਼ ਦਾ ਲਿਆ ਮੋਨਾ ਦਾ ਮਰਡਰ ਹੋਇਆ ਜੀ ਗੋਇੰਦਵਾਲ ਜੇਲ੍ਹ ਦੇ ਅੰਦਰ ਮੋਨਾ ਕੌਣ ਸੀਗਾ ਮੋਨ ਦੇ ਉੱਤੇ ਅਲੀਗੇਸ਼ਨ ਇਹ ਸੀਗਾ ਕਿ ਵੀ ਮੋਨਾ ਜੱਗੂ ਤੇ ਲਾਰੈਂਸ ਦੇ ਵਿੱਚ ਕੜੀ ਦਾ ਕੰਮ ਕਰਦਾ ਸੀਗਾ ਤੇ ਮੋਨ ਦੇ ਕੋਲੋਂ ਦੀ ਉਹਦੇ ਸੈੱਲ ਦੇ ਵਿੱਚੋਂ ਦੀ ਪੁਲਿਸ ਨੇ ਮੋਬਾਈਲ ਫੋਨ ਰਿਕਵਰ ਕੀਤਾ ਸੀਗਾ ਤੁਸੀਂ ਯਰ ਵਕੀਲ ਤੁਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਬਹੁਤ ਸਾਰੇ ਤੁਹਾਡੇ ਕੋਲ ਕਲਾਇੰਟ ਆਉਂਦੇ ਆ ਲਾਰੈਂਸ ਵਰਗਿਆਂ ਗੈਂਗਸਟਰਸ ਦੇ ਜਾਂ ਜੱਗੂ ਹੋ ਗਿਆ ਇਹਨਾਂ ਦੇ ਵੀ ਕੇਸ ਜਿਹੜੇ ਉਹ ਵਕੀਲ ਲੜਦੇ ਆ ਮੰਨ ਲਓ ਕੱਲ ਨੂੰ ਕਦੇ ਤੁਹਾਡੇ ਕੋਲੇ ਕੇਸ ਆ ਗਿਆ ਲਾਰੈਂਸ ਬਿਸ਼ਨੋਈ ਦਾ ਕਿ ਤੁਸੀਂ ਲੜੋਗੇ ਕਿ ਨਹੀਂ ਲੜੋਗੇ ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਲੋਰੈਂਸ ਬਿਸ਼ਨੋਈ ਦਾ ਜੇਲ੍ਹ ਦੇ ਅੰਦਰੋਂ ਇੰਟਰਵਿਊ ਹੁੰਦਾ ਇੱਕ ਨਹੀਂ ਦੋ ਇੰਟਰਵਿਊ ਹੁੰਦੇ ਆ ਔਰ ਉਸ ਤੇ ਕੰਟਰੋਵਰਸੀ ਛਿੜ ਜਾਂਦੀ ਹੈ ਸਿੱਧੂ ਮੂਸੇਵਾਲਾ ਦੇ ਮਾਪੇ ਵੀ ਕਹਿੰਦੇ ਕਿ ਇੰਟਰਵਿਊ ਕਿਵੇਂ ਹੋ ਸਕਦਾ ਜੇਲ੍ਹ ਦੇ ਵਿੱਚ ਜਿਹੜਾ ਬੰਦਾ ਹੈ ਕੈਦੀ ਹੈ ਔਰ ਉਹ ਬਹੁਤ ਸਾਰੇ ਪਰਚੇ ਉਹਦੇ ਉੱਪਰ ਦਰਜ ਆ ਔਰ ਕਿੱਥੇ ਹੋਇਆ ਇੰਟਰਵਿਊ ਇਸ ਤੇ ਸਵਾਲ ਵੀ ਖੜੇ ਹੋ ਰਹੇ ਆ ਤਾਂ ਐਡਵੋਕੇਟ ਗੌਰਵ ਗਿਲੋਤਰਾ ਹੁਣੀ ਜੋ ਕਿ ਕੂਰਟ ਦੇ ਵਿੱਚ ਲਗਾਤਾਰ ਪੈਰਵਾਈ ਵੀ ਕਰ ਰਿਹਾ ਇਸ ਇੰਟਰਵਿਊ ਨੂੰ ਹਟਾਉਣ ਦੇ ਵੀ ਆਰਡਰ ਹੋਏ ਔਰ ਨਵੀਂ ਸਿੱਟ ਵੀ ਇਸ ਇਸ਼ੂ ਦੇ ਉੱਪਰ ਬਣੀ ਹੈ ਔਰ ਦੇਖਦੇ ਹਾਂ ਗੱਲਬਾਤ ਕਰਦੇ ਹਾਂ ਕਿ ਇਸ ਪੂਰੇ ਇਸ਼ੂ ਦੇ ਉੱਪਰ ਹੋਇਆ ਕੀ ਕਿਉਂਕਿ ਪਿੱਛੇ ਜੇ ਲਾਰੈਂਸ ਮਿਸ਼ਨੋਈ ਨੇ ਵੀ ਕਿਹਾ ਕਿ ਮੈਨੂੰ ਇਸ ਕੇਸ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਗਲੋਤਰ ਸਾਹਿਬ ਸਭ ਤੋਂ ਪਹਿਲਾਂ ਤਾਂ ਇਹੋ ਜਾਨਣਾ ਚਾਹੁੰਦੇ ਤੁਸੀਂ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਔਰ ਲੋਕ ਬਹੁਤ ਪ੍ਰੇਜ਼ ਵੀ ਕਰ ਰਹੇ ਇਸ ਚੀਜ਼ ਦੀ ਇਹ ਇਸ ਕੇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਇਹ ਚਾਹਨਾ ਕਿ ਹੁਣ ਤਾਜ਼ਾ ਇਨਫੋਰਮੇਸ਼ਨ ਕੀ ਹੈ ਇਸ ਪੂਰੇ ਕੇਸ ਦੇ ਵਿੱਚ ਜੋ ਲਾਰੈਂਸ ਮਿਸ਼ਨੋਈ ਦਾ ਇੰਟਰਵਿ ਪ੍ਰੋ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਕੇਸ ਦੇ ਵਿੱਚ ਜੋ ਲੇਟੈਸਟ ਇਨਫੋਰਮੇਸ਼ਨ ਹੈ ਉਹ ਇਹ ਹੈ ਕਿ ਕੱਲ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿਹੜੀ ਪਬਲਿਕ ਇੰਟਰਸਟ ਲਿਟੀਗੇਸ਼ਨ ਸੀ ਕਿ ਉਹਨੂੰ ਕਲੱਬ ਕੀਤਾ ਸੀਗਾ ਇੱਕ ਕੋਰਟ ਔਨ ਇਟਸ ਓਨ ਮੋਸ਼ਨ ਮਤਲਬ ਕੋਰਟ ਨੇ ਆਪ ਦੇ ਵੱਲੋਂ ਕੁਝ ਉਦਾਹਰਨਾਂ ਦਿੱਤੀਆਂ ਸੀ ਵੀ ਜੇਲ੍ਹ ਦੇ ਵਿੱਚ ਰਿਫਾਰਮਸ ਹੋਣਾ ਚਾਹੀਦਾ ਕਿਉਂਕਿ ਜੇਲ੍ਹਾਂ ਦੇ ਵਿੱਚ ਲਗਾਤਾਰ ਇੰਟਰਨੈਟ ਦੀ ਵਰਤੋਂ ਮੋਬਾਈਲ ਫੋਨਸ ਦੀ ਵਰਤੋਂ ਡਰੱਗਸ ਦੀ ਵਰਤੋਂ ਇਹ ਵੱਧੀ ਜਾ ਰਹੀ ਸੀਗੀ ਇੱਕ ਤਾਂ ਇਹ ਇਸ਼ੂ ਚੱਲ ਰਿਹਾ ਸੀਗਾ ਉਸ ਦੇ ਨਾਲ ਜਿਹੜਾ ਅਸੀਂ ਮੇਨ ਇਸ਼ੂ ਲੈ ਕੇ ਚੱਲੇ ਹੋਏ ਸੀਗੇ ਉਹ ਇਹ ਸੀਗਾ ਕਿ ਲੌਰੈਂਸ ਬਿਸ਼ਨੋਈ ਦੀ 45 ਮਿੰਟਾਂ ਦੀ ਇੱਕ ਇੰਟਰਵਿਊ ਤੇ ਉਸ ਤੋਂ ਬਾਅਦ 50 ਕੁ ਮਿੰਟਾਂ ਦੀ ਇੱਕ ਸੈਕੰਡ ਇੰਟਰਵਿਊ ਦੋ ਇੰਟਰਵਿਊਜ਼ ਜਿਹੜੀਆਂ ਨੇ ਉਹ ਜੇਲ੍ਹ ਦੇ ਅੰਦਰੋਂ ਕੰਡਕਟ ਹੋਈਆਂ ਤੇ ਉਹ ਇੰਟਰਵਿਊਜ਼ ਜਿਹੜੀਆਂ ਨੇ ਉਹ ਕਿਹੜੇ ਆਫੀਸਰਜ਼ ਦੀ ਨਿਗਰਾਨੀ ਦੇ ਤਹਿਤ ਹੋਈਆਂ ਕੌਣ ਬੰਦੇ ਉਸ ਟਾਈਮ ਤੇ ਜ਼ਿੰਮੇਵਾਰ ਸੀਗੇ ਜਿਨ੍ਹਾਂ ਨੇ ਉਸ ਇੰਟਰਵਿਊ ਨੂੰ ਕਰਵਾਉਣ ਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਾਇਆ ਇੱਕ ਇਸ਼ੂ ਸੀਗਾ ਤੇ ਇਸ ਇੰਟਰਵਿਊਸ ਦੇ ਨਾਲ ਪਬਲਿਕ ਦੇ ਉੱਤੇ ਕਿੰਨਾ ਬੁਰਾ ਅਸਰ ਜਾਂਦਾ ਕਿਉਂਕਿ ਉਸ ਇੰਟਰਵਿਊ ਦੇ ਵਿੱਚ ਕੋਰਟ ਨੇ ਵੀ ਇਹ ਰਿਅਲਾਈਜ਼ ਕੀਤਾ ਤੇ ਅਸੀਂ ਵੀ ਇਹ ਇਸ ਗੱਲ ਨੂੰ ਵਾਰ-ਵਾਰ ਚੱਕ ਰਹੇ ਸੀ ਕਿ ਉਸ ਇੰਟਰਵਿਊ ਦੇ ਜ਼ਰੀਏ ਨਾ ਸਿਰਫ ਉਹ ਇੱਕ ਹਿੰਦੀ ਫਿਲਮ ਸਟਾਰ ਸਲਮਾਨ ਖਾਨ ਨੂੰ ਤਮਕੀਦੇ ਰਿਆ ਸੀਗਾ ਕਿ ਮੈਂ ਉਹਨੂੰ ਮਾਰਨਾ ਹੀ ਮਾਰਨਾ ਹੈ ਉਹਨੇ ਦੱਸਿਆ ਕਿ ਮੇਰੀ ਜੀਵਨ ਦਾ ਇਹ ਟੀਚਾ ਹੈ ਮੈਨੂੰ ਮਾਰਨਾ ਹੈ ਸੈਕੰਡਲੀ ਉਹ ਇਸ ਕੇਸ ਦੇ ਗਵਾਹਾਂ ਨੂੰ ਸ਼ਰੇਆਮ ਧਮਕਾ ਰਿਹਾ ਸੀਗਾ ਤੇ ਥਰਡਲੀ ਉਹ ਸਿੱਧੂ ਮੂਸੇਵਾਲਾ ਦੇ ਮਰਡਰ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਸੀਂ ਉਹਨੂੰ ਇੱਕ ਕਿਉਂਕਿ ਉਹ ਸਾਡੇ ਵਿਰੋਧੀ ਗਰੁੱਪਾਂ ਦੇ ਨਾਲ ਉੱਡਦਾ ਬੈਠਦਾ ਸੀਗਾ ਐਸ ਕਰਕੇ ਅਸੀਂ ਉਹਨੂੰ ਮਾਰਿਆ ਸੋ ਇਹ ਇਸ਼ੂਸ ਨੂੰ ਲੈ ਕੇ ਅਸੀਂ ਕੋਰਟ ਦੇ ਵਿੱਚ ਗਏ ਸੀਗੇ ਕਿ ਵੀ ਇਸ ਤਰ੍ਹਾਂ ਅਨਔਥਰਾਇਜ਼ ਇੰਟਰਵਿਊ ਜਿਹੜੀ ਹੈ ਉਹ ਨਹੀਂ ਚਲਣੀ ਚਾਹੀਦੀ ਸੋ ਮਾਨਯੋਗ ਹਾਈ ਕੋਰਟ ਨੇ ਹੁਣ ਜੁੜੀ ਲੇਟੈਸਟ ਇਨਫੋਰਮੇਸ਼ਨ ਹੈ ਉਹ ਇਹ ਹੈ ਕਿ ਕੱਲ ਮਤਲਬ 21 12 2023 ਨੂੰ ਮਾਨਯੋਗ ਹਾਈ ਕੋਰਟ ਨੇ ਜਿਹੜਾ ਬ੍ਰੌਡਕਾਸਟਰ ਹੈ ਜਿਨੇ ਇੰਟਰਵਿਊ ਕੀਤੀ ਹੈ ਔਰ ਜਿਨੇ ਵੀ ਸੋਸ਼ਲ ਮੀਡੀਆ ਚੈਨਲਸ ਨੇ ਉਥੋਂ ਦੀ ਇਸ ਇੰਟਰਵਿਊ ਨੂੰ ਹਟਾਉਣ ਦੇ ਆਰਡਰ ਪਾਸ ਕਰਤੇ ਹੈ ਉਸ ਦੇ ਨਾਲ ਕੋਰਟ ਨੇ ਇਹ ਵੀ ਕਿਹਾ ਕਿ ਜਿਹੜਾ ਇਸ ਇੰਟਰਵਿਊ ਦਾ ਯੂਆਰਐਲ ਹੈ ਜਿਹੜਾ ਕਿ ਇੱਕ ਬੇਸਿਕ ਸਟੈਂਪ ਹੁੰਦਾ ਜਿੰਦੇ ਨਾਲ ਉਹ ਇੰਟਰਵਿਊ ਕਾਪੀ ਕੀਤੀ ਜਾ ਸਕਦੀ ਹੈ ਡਾਊਨਲੋਡ ਕੀਤੀ ਜਾ ਸਕਦੀ ਹੈ ਉਹਨੂੰ ਡਿਲੀਟ ਕੀਤਾ ਜਾਏਗਾ ਤਾਂ ਕਿ ਫਿਊਚਰ ਦੇ ਵਿੱਚ ਕੋਈ ਵੀ ਬੰਦਾ ਇਸ ਇੰਟਰਵਿਊ ਨੂੰ ਐਕਸੈਸ ਨਾ ਕਰ ਸਕੇ ਔਰ ਇਸ ਦੇ ਨਾਲ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਇਹ ਇੰਟਰਵਿਊ ਜਿਹੜੀ ਹੈ ਉਹ ਗੈਂਗਸਟਰイズਮ ਨੂੰ ਗਲੋਰੀਫਾਈ ਕਰਦੀ ਹੈ ਇਹ ਇੰਟਰਵਿਊ ਬਹੁਤ ਇਨਸੈਂਸਟਿਵ ਹੈ ਇਹ ਇੰਟਰਵਿਊ ਲਾਅ ਐਂਡ ਆਟਰ ਨੂੰ ਖਰਾਬ ਕਰਦੀ ਹੈ ਔਰ ਇਹ ਇੰਟਰਵਿਊ ਡਾਇਰੈਕਟਲੀ ਟ੍ਰਾਇਲ ਕੋਰਟ ਤੇ ਜਿਹੜੇ ਵਿਟਨੈਸਿਸ ਨੇ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ ਸੋ ਇਹ ਟਿੱਪਣੀਆਂ ਬੜੀਆਂ ਅਹਿਮ ਸੀ ਕਿਉਂਕਿ ਕੋਰਟ ਨੇ ਬਹੁਤ ਵਧੀਆ ਢੰਗ ਦੇ ਨਾਲ ਇਹ ਸਾਰੇ ਇਸ਼ੂ ਨੂੰ ਕੰਡੈਮ ਕੀਤਾ ਕਿ ਇਹ ਇੰਟਰਵਿਊ ਜਿਹੜੀ ਹੈ ਉਹ ਕੋਈ ਇੱਕ ਅੱਛਾ ਉਦਾਹਰਨ ਨਹੀਂ ਹੈ ਸਾਡੇ ਕੋਲ ਬਹੁਤ ਰੋਲ ਮਾਡਲਸ ਨੇ ਸਾਡੇ ਕੋਲ სპੋਰਟਸਮੈਨ ਨੇ ਸਾਡੇ ਕੋਲ ਕਬੱਡੀ ਪਲੇਅਰਸ ਨੇ ਸਾਡੇ ਕੋਲ ਇੰਟਰਨੈਸ਼ਨਲ ਫੇਮ ਪ੍ਰਾਪਤ ਪੰਜਾਬੀ ਐਸੇ ਮੁੰਡੇ ਹੈਗੇ ਆ ਜਿਨ੍ਹਾਂ ਦੀਆਂ ਇੰਟਰਵਿਊਜ਼ ਜਿਹੜੀਆਂ ਨੇ ਕੰਡਕਟ ਕੀਤੀਆਂ ਜਾ ਸਕਦੀਆਂ ਨੇ ਸੋ ਇੱਕ ਗੈਂਗਸਟਰ ਜਿੰਦੇ ਉੱਤੇ 71 ਐਫ ਆਈ ਆਰਸ ਰਜਿਸਟਰਡ ਨੇ ਚਾਰ ਕੇਸਾਂ ਦੇ ਵਿੱਚ ਲੌਰੈਂਸ ਬਿਸ਼ਨੋਈ ਕਨਵਿਕਟਿਡ ਹੈ ਔਰ ਉਸ ਦੇ باوجود ਉਹਦਾ ਜੇਲ੍ਹ ਦਾ ਜੀਵਨ ਦਿਖਾਇਆ ਜਾ ਰਿਹਾ ਹੈ ਜਿਸ ਦੇ ਨਾਲ ਲੋਕਾਂ ਦੇ ਮਨਾਂ 'ਚ ਜੇਲ੍ਹਾਂ ਦਾ ਖੌਫ ਜਿਹੜਾ ਉਹ ਘਟਦਾ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਰਿਕਾਰਡ ਕਰਕੇ ਕੋਰਟ ਨੇ ਐਸ ਇੰਟਰਵਿਊ ਨੂੰ ਡਾਊਨ ਕਰਨ ਦੇ ਆਰਡਰ ਕੀਤੇ ਨੇ ਇਹ ਤਾਂ ਹੋ ਗਈ ਜੀ ਇੱਕ ਪੱਖ ਦੂਜੀ ਗੱਲ ਇਹ ਸੀ ਕਿ ਕੋਰਟ ਨੇ ਪੰਜਾਬ ਸਰਕਾਰ ਕੋਲੋਂ ਇਹ ਪੁੱਛਿਆ ਸੀਗਾ ਕਿ ਤੁਹਾਡੇ ਮੁਤਾਬਕ ਇਹ ਇੰਟਰਵਿਊ ਕਿੱਥੇ ਹੋਈ ਹੈ ਹੁਣ ਭਾਈ ਸਾਹਿਬ ਜੇ ਵਿਕਰਮ ਜੀ ਆਪਾਂ ਥੋੜਾ ਜਿਹਾ ਟਾਈਮ ਪਿੱਛੇ ਜਾਈਏ ਤੇ ਆਪਾਂ ਨੂੰ ਯਾਦ ਹੈ ਕਿ ਡੀਜੀਪੀ ਪੰਜਾਬ ਸਾਹਿਬ ਨੇ ਇੱਕ ਕੋਪਰੈਸ ਕਾਨਫਰੈਂਸ ਕੀਤੀ ਤੇ ਉਹਦੇ ਵਿੱਚ ਉਹਨਾਂ ਨੇ ਫੋਟੋਗ੍ਰਾਫਸ ਦਿਖਾ ਕੇ ਪੂਰਾ ਉਹਦਾ ਰਿਕਾਰਡ ਲਿਆ ਕੇ ਤੇ ਸਾਰੀ মিডিਆ ਨੂੰ ਇਹ ਗੱਲ ਦੱਸੀ ਕਿ ਇਹ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਲੇਕਿਨ ਉਹਦੇ ਤੋਂ ਉਲਟ ਜਿਹੜੀ ਹੁਣ ਰਿਪੋਰਟ ਮਾਨਯੋਗ ਹਾਈ ਕੋਰਟ 'ਚ ਦੇ ਅੱਗੇ ਪੇਸ਼ ਕੀਤੀ ਗਈ ਉਹ ਵੀ ਪੰਜਾਬ ਸਰਕਾਰ ਵੱਲੋਂ ਹੀ ਪੇਸ਼ ਕੀਤੀ ਗਈ ਹੈ ਉਹ ਇੱਕ ਜਿਹੜੀ ਏਡੀਜੀਪੀ ਜੇਲਸ ਦੀ ਕਮੇਟੀ ਬਣਾਈ ਸੀਗੀ ਸਾਡੀ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਸੀਗੀ ਉਹਦੇ ਵਿੱਚ ਉਹ ਕਮੇਟੀ ਦਾ ਨਿਰਮਾਣ ਕੀਤਾ ਗਿਆ ਸੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਰਿਪੋਰਟ ਦਿੱਤੀ ਕਿ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਇਹ ਇੰਟਰਵਿਊ ਪੰਜਾਬ ਚ ਹੋਈ ਹੋਵੇ ਮਤਲਬ 8 ਮਹੀਨਿਆਂ ਬਾਅਦ ਸਰਕਾਰ ਨੇ ਇਹ ਮੰਨਿਆ ਕਿ ਵੀ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਇਹ ਪੰਜਾਬ ਚ ਹੋਈ ਹੋਵੇ ਮਤਲਬ ਇਹ ਹੋ ਗਿਆ ਕਿ ਵੀ ਇਹਨਾਂ ਨੇ ਇਨਕਾਰ ਨਹੀਂ ਕੀਤਾ ਸਰੇ ਆਮ ਸਾਫ ਤੌਰ ਤੇ ਇਨਕਾਰ ਨਹੀਂ ਕੀਤਾ ਕਿ ਪੰਜਾਬ ਚ ਨਹੀਂ ਹੋਈ ਸਾਨੂੰ ਇਸ ਚੀਜ਼ ਦੇ ਨਾਲ ਵੈਸੇ ਕੋਈ ਮਤਲਬ ਨਹੀਂ ਸੀਗਾ ਕਿ ਵੀ ਇਹ ਇੰਟਰਵਿਊ ਪੰਜਾਬ ਚ ਹੋਈ ਹੈ ਦਿੱਲੀ ਚ ਹੋਈ ਹੈ ਰਾਜਸਥਾਨ ਚ ਹੋਈ ਹੈ ਹਰਿਆਣਾ ਚ ਹੋਈ ਹੈ ਐਨਆਈਏ ਦੀ ਕਸਟਡੀ ਚ ਹੋਈ ਹੈ ਜਾਂ ਕਿਸੇ ਹੋਰ ਸਟੇਟ ਦੇ ਜਾਂ ਸੂਬੇ ਦੇ ਅਧਿਕਾਰੀਆਂ ਦੀ ਨਿਗਰਾਨੀ ਚ ਹੋਈ ਹੈ ਅਸੀਂ ਇਹ ਚਾਹਦੇ ਸੀਗੇ ਕਿ ਐਗਜ਼ੈਕਟਲੀ ਜਿਹੜੇ ਬੰਦੇ ਉਸ ਟਾਈਮ ਤੇ ਲੋਰਸ ਦੀ ਕਸਟਡੀ ਨੂੰ ਦੇਖ ਰਹੇ ਸੀਗੇ ਉਹਨਾਂ ਬੰਦਿਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਸੋ ਉਹ ਪੰਜਾਬ ਸਰਕਾਰ ناکਾਮਯਾਬ ਰਹੀ ਉਹਨਾਂ ਨੂੰ ਟ੍ਰੇਸ ਕਰਨ ਦੇ ਵਿੱਚ ਕਿਉਂਕਿ ਉਹ ਉਹਨਾਂ ਨੇ ਹੁਣ ਵੀ ਜਿਹੜੀ ਰਿਪੋਰਟ ਕੋਰਟ ਦੇ ਵਿੱਚ ਜਮ੍ਹਾਂ ਕਰਾਈ ਉਹਦੇ ਵਿੱਚ ਉਹ ਦੱਸ ਇਹ ਦੱਸ ਨਹੀਂ ਪਾਏ ਵੀ ਇਹ ਕੌਣ ਵਿਅਕਤੀ ਸੀਗੇ ਸੋ ਕੋਰਟ ਨੇ ਆਰਡਰ ਕੀਤਾ ਹੈ ਦੋ ਐਫ ਆਈ ਆਰਸ ਰਜਿਸਟਰ ਕਰਨ ਦਾ ਦੋਨੋਂ ਇੰਟਰਵਿਊਜ਼ ਦੇ ਰਿਗਾਰਡਿੰਗ ਸੈਪਰੇਟ ਐਫ ਆਈ ਆਰਸ ਰਜਿਸਟਰ ਹੋਣ ਗਿਆ ਔਰ ਇੱਕ ਐਫਆਈਆਰ ਜਿਹੜੀ ਹੈਗੀ ਹੈ ਉਹ ਲੋਰੈਂਸ ਬਿਸ਼ਨੋਈ ਦੇ ਨਾਮ ਤੇ ਡਾਇਰੈਕਟ ਹੋਏਗੀ ਜਿਦੇ ਵਿੱਚ ਪ੍ਰਿਜ਼ਨਸ ਐਕਟ ਦੀ ਜਿਹੜੀ ਉਲੰਘਣਾ ਹੋਈ ਹੈ ਕਿ ਜੇਲ੍ਹ ਦੇ ਵਿੱਚ ਬੈਠ ਕੇ ਇੰਟਰਨੈਟ ਦੀ ਦੁਰਵਰਤੋਂ ਕਰਨਾ ਸੋ ਇੱਕ ਤਾਂ ਐਫਆਈਆਰ ਉਹ ਹੋਗੀ ਦੂਜੀ ਐਫਆਈਆਰ ਜਿਹੜੀ ਕੀਤੀ ਜਾਏਗੀ ਉਹਦੇ ਵਿੱਚ ਬੰਦਿਆਂ ਦੇ ਨਾਮ ਨਹੀਂ ਸ਼ਾਮਲ ਕੀਤੇ ਜਾਣਗੇ ਲੇਕਿਨ ਉਹ ਇੱਕ ਓਪਨ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਏਗੀ ਜਿਸ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਕਰਾਇਆ ਜਾਏਗਾ ਕਿ ਇਹ ਇੰਟਰਵਿਊ ਐਕਚੁਅਲ ਚ ਕਿੱਥੇ ਹੋਈ ਹੈ ਸੋ ਉਹਦੀ ਨਿਗਰਾਨੀ ਵਾਸਤੇ ਕਿਉਂਕਿ ਕੋਰਟ ਬਹੁਤ ਜ਼ਿਆਦਾ ਇਸ ਗੱਲ ਤੋਂ ਡਿਸਸੈਟੀਸਫਾਈਡ ਸੀ ਕਿ 8 ਮਹੀਨੇ ਬੀਤਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਇਹ ਪਤਾ ਲਗਾਉਣ 'ਚ ناکਾਮ ਆਵ ਰਹੀ ਹੈ ਕਿ ਇੰਟਰਵਿਊ ਕਿੱਥੇ ਹੋਈ ਹੈ ਸੋ ਇਸ ਕਰਕੇ ਕੋਰਟ ਨੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੈ ਤੇ ਜਿਹੜੀਆਂ ਇਹ ਇੰਟਰਵਿਊਜ਼ ਹੋਈਆਂ ਨੇ ਕੌਣ-ਕੌਣ ਹੋਏਗਾ ਉਹਦੇ ਵਿੱਚ ਸ਼ਾਮਿਲ ਔਰ ਕੀ ਅਗਲੀ ਕਾਰਵਾਈ ਕਰੇਗੀ ਜੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੈ ਬਿਲਕੁਲ ਜੀ ਅ ਜੀਡੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜੀ ਉਹਦੇ ਵਿੱਚ ਡਾਕਟਰ ਪ੍ਰਮੋਦ ਕੁਮਾਰ ਸਪੈਸ਼ਲ ਡੀਜੀਪੀ ਹਿਊਮਨ ਰਾਈਟਸ ਇਨਾਂ ਦੀ ਚੇਅਰਮੈਨਸ਼ਿਪ ਦੇ ਵਿੱਚ ਇਹ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੈ ਕੁਝ ਨਾਮ ਕੋਰਟ ਨੇ ਪੰਜਾਬ ਸਰਕਾਰ ਕੋਲੋਂ ਵੀ ਮੰਗੇ ਸੀਗੇ ਲੇਕਿਨ ਉਹ ਸਾਰੇ ਨਾਮਾਂ ਨੂੰ ਕੋਰਟ ਨੇ ਕਨਸੀਡਰ ਨਹੀਂ ਕੀਤਾ ਕੁਝ ਇੱਕ ਨਾਮਾਂ ਨੂੰ ਕਨਸੀਡਰ ਕੀਤਾ ਸੀਗਾ ਲੇਕਿਨ ਜਿਹੜੇ ਡਾਕਟਰ ਪ੍ਰਮੋਦ ਕੁਮਾਰ ਨੇ ਇਹਨਾਂ ਦਾ ਟਰੈਕ ਰਿਕਾਰਡ ਵਧੀਆ ਹੈ ਇਮਾਨਦਾਰ ਆਫੀਸਰ ਨੇ ਔਰ ਸੀਬੀਆਈ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਸੋ ਇਹਨਾਂ ਨੂੰ ਜਿਹੜੀ ਟੈਕਨੋਲੋਜੀਕਲ ਇਨਵੈਸਟੀਗੇਸ਼ਨ ਕਰਨ ਦਾ ਐਕਸਪੀਰੀਅੰਸ ਹੈਗਾ ਹੈ ਤੇ ਕੋਟੇ ਚਾਹਦੀ ਸੀ ਕਿ ਆਈਪੀਐਸ ਲੈਵਲ ਤੋਂ ਥੱਲੇ ਦਾ ਕੋਈ ਅਫੀਸਰ ਨਹੀਂ ਹੋਣਾ ਚਾਹੀਦਾ ਸੋ ਐਸ ਕਰਕੇ ਡਾਕਟਰ ਪ੍ਰਮੋਦ ਕੁਮਾਰ ਨੂੰ ਤਾਂ ਮੇਨ ਜ਼ਿੰਮੇਵਾਰੀ ਦਿੱਤੀ ਗਈ ਹੈ ਇਹਦੇ ਨਾਲ ਡਾਕਟਰ ਐਸ ਰਾਹੁਲ ਇਹ ਡੀਆਈਜੀ ਪੱਧਰ ਦੇ ਅਫੀਸਰ ਨੇ ਇਹਨਾਂ ਨੂੰ ਨਾਲ ਟੀਮ ਦਾ ਮੈਂਬਰ ਬਣਾਇਆ ਗਿਆ ਤੇ ਮੈਡਮ ਜਗਾਦਲੇ ਨਿਲਾੰਬਰੀ ਉਹ ਜੋ ਕਿ ਆਈਪੀਐਸ ਅਫੀਸਰ ਨੇ ਉਹਨਾਂ ਤਿੰਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਔਰ ਇਹਦੇ ਵਿੱਚ ਜੋ ਮੈਂ ਤੁਹਾਡੇ ਦਰਸ਼ਕਾਂ ਦੇ ਰਾਹੀਂ ਦੱਸਣਾ ਚਾਹਾਂਗਾ ਉਹ ਇਹ ਹੈ ਕਿ ਪਹਿਲਾਂ ਕੀ ਹੋ ਰਿਹਾ ਸੀਗਾ ਕਿ ਕਮੇਟੀ ਰਿਪੋਰਟ ਬਣਾ ਕੇ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਦਿੰਦੀ ਸੀਗੀ ਹੁਣ ਜਿਹੜੀ ਇਹ ਰਿਪੋਰਟ ਬਣੇਗੀ ਉਹ ਕੋਰਟ ਦੀ ਸੁਪਰਵੀਜ਼ਨ ਦੇ ਤਹਿਤ ਹੋਏਗੀ ਮਤਲਬ ਕੋਰਟ ਨਿਗਰਾਨੀ ਦੇ ਤਹਿਤ ਹੋਏਗੀ ਸੋ ਜਦੋਂ ਵੀ ਇਹ ਕੋਈ ਇਹਦੇ ਵਿੱਚ ਬਿਆਨ ਰਿਕਾਰਡ ਕਰਨਗੇ ਕੋਈ ਨਵੀਂ ਡਿਵੈਲਪਮੈਂਟ ਹੋਏਗੀ ਤਾਂ ਉਹ ਮਾਨ ਜੋ ਕੋਰਟ ਦੇਗੇ ਰੱਖੀ ਜਾਏਗੀ ਔਰ ਦੇ ਵਿੱਚ ਇਹ ਵੀ ਨਹੀਂ ਹੈ ਕਿ ਬੜੇ ਮਹੀਨਿਆਂ ਦਾ ਜਾਂ ਸਾਲਾਂ ਦਾ ਟਾਈਮ ਲੱਗੂਗਾ ਕਿਉਂਕਿ ਕੋਰਟ ਨੇ ਹੁਣ ਅਗਲੀ ਤਰੀਕ ਜਿਹੜੀ ਹੈ ਉਹ 10 ਜਨਵਰੀ ਦੀ ਫਿਕਸ ਕੀਤੀ ਹੈ ਤੇ 10 ਜਨਵਰੀ ਨੂੰ ਇਹਦਾ ਜਿਹੜਾ ਕੁਝ ਜਿਹੜੀ ਰਿਐਲਿਟੀ ਹੈ ਉਹ ਬਾਹਰ ਆਉਣ ਦੀ ਉਮੀਦ ਅਸੀਂ ਰੱਖਦੇ ਆ ਹਾਂ ਪਰ ਜਿਸ ਤਰੀਕੇ ਦੇ ਨਾਲ ਇੱਕ ਚੀਜ਼ ਹੋਰ ਬਰੀਫ ਕਰਿਓ ਕਿਉਂਕਿ ਤੁਸੀਂ ਸੀਨੀਅਰ ਐਡਵੋਕੇਟ ਹੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਮੈਂ ਇਹ ਚੀਜ਼ ਜਾਨਣੀ ਚਾਹਣਾ ਇੰਟਰਵਿਊ ਤਾਂ ਕਿਸਾਬ ਦਾ ਵੀ ਹੋਇਆ ਸੀ ਕਿਸਾਬ 테러ਰਿਸਟ ਸੀਗਾ ਤਾਂ ਹੁਣ ਕੀ ਕੁਛ ਜਿਸ ਤਰੀਕੇ ਦੇ ਨਾਲ ਇਹ ਇੰਟਰਵਿਊ ਹੋਇਆ ਕਿ ਉਹ ਇੰਟਰਵਿਊ ਪਰਮਿਸ਼ਨ ਦੇ ਤਹਿਤ ਹੋਇਆ ਸੀ ਇਹ ਵਿਦਾਊਟ ਪਰਮਿਸ਼ਨ ਕੀ ਇਸ ਤਰ੍ਹਾਂ ਦੀ ਕੋਈ ਗੱਲ ਹੈ ਇਹਦੇ ਵਿੱਚ ਟੈਕਨੀਕਲੀ ਜ਼ਰੂਰ ਮੈਂ ਚਾਹਣਾ ਤੁਸੀਂ ਸਮਝਾਓ ਸਰ ਦੇਖੋ ਜਿਹੜਾ ਜੇਲ ਮੈਨੂਅਲ ਹੈ ਜੇਲ ਮੈਨੂਅਲ ਦੇ ਤਹਿਤ ਜੇਲ ਸੁਪਰੀਟੈਂਡੈਂਟ ਇੰਟਰਵਿਊ ਦੀ ਪਰਮਿਸ਼ਨ ਦੇ ਸਕਦਾ ਹੈ ਜੇ ਉਹਦੇ ਕੋਲ ਪ੍ਰੋਪਰ ਰੀਜ਼ਨ ਹੋਵੇ ਕਿ ਇਹ ਇੰਟਰਵਿਊ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਲੇਕਿਨ ਐਸ ਕੇਸ ਦੇ ਵਿੱਚ ਜੇਲ ਪ੍ਰਸ਼ਾਸਨ ਦੀ ਕੋਈ ਸਹਿਮਤੀ ਨਹੀਂ ਸੀਗੀ ਕੋਰਟ ਦੇ ਆਰਡਰ ਦੇ ਵਿੱਚ ਬੜਾ ਸਪਸ਼ਟ ਲਿਖਿਆ ਗਿਆ ਹੈ ਜਿਹੜੀ ਪੰਜਾਬ ਸਰਕਾਰ ਨੇ ਰਿਪੋਰਟ ਦਿੱਤੀ ਹੈ ਉਹਦੇ ਵਿੱਚ ਵੀ ਬੜਾ ਸਪਸ਼ਟ ਲਿਖਿਆ ਗਿਆ ਹੈ ਕਿ ਇਹ ਇੰਟਰਵਿਊ ਅਨੌਥਰਾਇਜ਼ਡ ਸੀਗੀ ਉਸੇ ਅਨੌਥਰਾਇਜ਼ਡ ਇੰਟਰਵਿਊ ਦੀ ਵਜ੍ਹਾ ਦੇ ਨਾਲ ਹੀ ਐਫ ਆਈ ਆਰ ਰਜਿਸਟਰ ਕਰਨ ਦਾ ਆਰਡਰ ਹੋਇਆ ਹੈ ਕਿਉਂਕਿ ਇਹ ਅਨੌਥਰਾਇਜ਼ਡ ਇੰਟਰਵਿਊ ਸੀਗੀ ਅਥਰਾਇਜ਼ਡ ਇੰਟਰਵਿਊ ਵੀ ਹੁੰਦੀ ਹੈ ਜੇ ਕੋਈ ਮੰਨ ਲਓ ਕਵੀ ਹੈ ਲੇਖਕ ਹੈ ਕੋਈ ਪੱਤਰਕਾਰ ਹੈ ਉਹ ਜੇਲ੍ਹ ਦੇ ਵਿੱਚ ਬੈਠਾ ਹੈ ਕੋਈ ਡਾਕਟਰ ਹੈ ਕੋਈ ਇੰਜੀਨੀਅਰ ਹੈ ਜਾਂ ਕੋਈ ਆਮ ਆਦਮੀ ਵੀ ਹੈ ਲੇਕਿਨ ਉਹ ਉਹਨੂੰ ਪਰਮਿਸ਼ਨ ਮਿਲ ਜਾਂਦੀ ਹੈ ਕਿਉਂਕਿ ਜੇ ਸੁਪਰੀਟੈਂਡੈਂਟ ਦੇ ਕੋਲ ਪਾਵਰ ਹੈਗੀ ਹੈ ਲੇਕਿਨ ਐਸ ਕੇਸ ਦੇ ਵਿੱਚ ਬਿਨਾ ਕਿਸੇ ਪਰਮਿਸ਼ਨ ਤੋਂ ਇੰਟਰਵਿਊ ਕੀਤੀ ਗਈ ਸੀ ਸੋ ਇਸ ਕਰਕੇ ਇਹਨੂੰ ਆਪਾਂ ਅਨਔਥਰਾਇਜ਼ ਇੰਟਰਵਿਊ ਕਹਾਂਗੇ ਅੱਛਾ ਇਸ ਕਰਕੇ ਇਹ ਅਨਔਥਰਾਇਜ਼ ਇੰਟਰਵਿਊ ਕਿਉਂਕਿ ਨਾ ਤਾਂ ਜੇਲ ਪ੍ਰਸ਼ਾਸਨ ਨੂੰ ਹਜ ਤੱਕ ਨਹੀਂ ਪਤਾ ਕਿ ਇੰਟਰਵਿਊ ਹੋਈ ਕਿੱਥੇ ਹੈ ਇਹ ਕਿਹੜੀ ਥਾਂ ਤੇ ਹੋਈ ਹੈ ਔਰ ਜਿਸ ਤਰੀਕੇ ਦੇ ਨਾਲ ਲਾਰੈਂਸ ਦਾ ਇਹ ਇੰਟਰਵਿਊ ਹੋਇਆ ਹੈ ਤਾਂ ਤੁਸੀਂ ਕੋਈ ਉਮੀਦ ਕਰਦੇ ਹੋ ਇਸ ਤਰ੍ਹਾਂ ਦੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪਤਾ ਲੱਗ ਜਾਊਗਾ ਕਿ ਪੰਜਾਬ 'ਚ ਹੋਈ ਆ ਰਾਜਸਥਾਨ 'ਚ ਹੋਈ ਆ ਹਰਿਆਣਾ ਜਾਂ ਕਿਸੇ ਕਸਟਡੀ ਦੇ ਸੀਆਈਏ ਸਟਾਫ ਜਾਂ ਕਿੱਥੇ ਵੀ ਹੋਈ ਹੈ ਸਰ ਮੈਨੂੰ ਤਾਂ ਹੁਣ ਕੋਈ ਡਾਊਟ ਹੀ ਨਹੀਂ ਹੈ ਇਸ ਗੱਲ ਦਾ ਕਿ ਇਹ ਪਤਾ ਨਹੀਂ ਚੱਲੂਗਾ ਕਿ ਇਹ ਇੰਟਰਵਿਊ ਕਿੱਥੇ ਹੋਈ ਹੈ ਕਿਉਂਕਿ ਜਦੋਂ ਇਹ ਕੋਰਟ ਮਾਨਿਟਰਡ ਐਸਆਈਟੀ ਬਣਾ ਦਿੱਤੀ ਗਈ ਦੇਖੋ ਐਸਆਈਟੀ ਨਾਰਮਲੀ ਬਣਾਈ ਜਾਂਦੀ ਹੈ ਨਾ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਵਿਊ ਇਹ ਹੈ ਤੁਸੀਂ ਆਮ ਸੋਸ਼ਲ ਮੀਡੀਆ ਤੇ ਵੀ ਪੜ੍ਹਦੇ ਹੋਵੋਗੇ ਕਿ ਜਦੋਂ ਕਿਸੇ ਮਸਲੇ ਨੂੰ ਠੰਡੇ ਬਸਤੇ ਸਿਤਣਾ ਹੁੰਦਾ ਹੈ ਜਦੋਂ ਕਿਸੇ ਮਸਲੇ ਨੂੰ ਤੁਸੀਂ ਸਿਰੇ ਤੇ ਨਹੀਂ ਪਹੁੰਚਾਣਾ ਚਾਹੁੰਦੇ ਤੇ ਐਸਆਰਟੀ ਦਾ ਨਿਰਮਾਣ ਕਰ ਦਿੱਤਾ ਜਾਂਦਾ ਉਹ ਐਸਆਰਟੀ ਜਿਹੜੀ ਮੀਨੂ ਮੀਨੂ ਲੱਗੀ ਰਹਿੰਦੀ ਹੈ ਜੀ ਕਿ ਹਾਂਜੀ ਅਸੀਂ ਕਰ ਰਹੇ ਹਾਂ ਜਦ ਕਿ ਕਾਰਵਾਈ ਕੁਝ ਵੀ ਨਹੀਂ ਹੋ ਰਹੀ ਹੁੰਦੀ ਇਸ ਕੇਸ ਦੇ ਵਿੱਚ ਵੀ ਕੀ ਹੋਇਆ ਅਸੀਂ 8 ਮਹੀਨੇ ਪਹਿਲਾਂ ਇਹ ਕੇਸ ਪਾਇਆ 8 ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਕੋਰਟ ਦੇ ਵਿੱਚ ਬਿਆਨ ਹਲਫਿਆ ਦਿੱਤਾ ਔਰ ਇਹ ਕਿਹਾ ਕਿ ਅਸੀਂ ਜੀ ਇੱਕ ਕਮੇਟੀ ਦਾ ਨਿਰਮਾਣ ਕਰਤਾ ਉਹ ਕਮੇਟੀ ਇਹਦੇ ਵਿੱਚ ਦੇਖੇਗੀ ਕੋਰਟ ਕਿਉਂ ਵਿੱਚ ਇੰਟਰਫੇਅਰ ਕੀਤਾ ਕੋਰਟ ਨੇ ਕੋਰਟ ਨੇ ਸਿਰਫ ਐਸ ਕਰਕੇ ਇੰਟਰਫੇਅਰ ਕੀਤਾ ਕਿਉਂਕਿ ਪੰਜਾਬ ਸਰਕਾਰ ਉਹ ਰਿਪੋਰਟ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋਈ ਪੰਜਾਬ ਸਰਕਾਰ ਨੇ ਕੋਈ ਰਿਪੋਰਟ ਨਹੀਂ ਤਿਆਰ ਕੀਤੀ ਜਦੋਂ ਇਹ ਮਸਲਾ ਦੁਬਾਰਾ ਕੋਰਟ ਦੇ ਵਿੱਚ ਸ਼ੁਰੂ ਹੋਇਆ ਔਰ ਅਸੀਂ ਐਪਲੀਕੇਸ਼ਨ ਲਗਾਈ ਕੋਰਟ ਦੇ ਵਿੱਚ ਕਿ ਇਸ ਇੰਟਰਵਿਊ ਦੀ ਜਾਂਚ ਹੋਣੀ ਚਾਹੀਦੀ ਹੈ ਕਿੱਥੇ ਕੀਤੀ ਗਈ ਕਿਹੜੇ ਬੰਦਿਆਂ ਨੇ ਕਰਵਾਈ ਔਰ ਇਸ ਇੰਟਰਵਿਊ ਦੀ ਇੰਨੀ ਇਹ ਇਨਸੈਂਸਿਟਿਵ ਇੰਟਰਵਿਊ ਹੈ ਜਿਹੜੇ ਯੰਗ ਇਮਪ੍ਰੈਸ਼ਨੇਬਲ ਮਾਈਂਡਸ ਕੋਰਟ ਨੇ ਸ਼ਬਦ ਯੂਜ਼ ਕੀਤੇ ਨੇ ਪੰਜਾਬੀ ਚ ਜੇ ਆਪਾਂ ਕਹੀਏ ਕਿ ਜਵਾਨ ਖੂਨ ਜਿਹੜੇ ਕਿ ਬੜੀ ਜਲਦੀ ਕਿਸੇ ਚੀਜ਼ ਨੂੰ ਦੇਖ ਕੇ ਉਹਦੇ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਉਹ ਜਦੋਂ ਇਸ ਤਰ੍ਹਾਂ ਕਿਸੇ ਗੈਂਗਸਟਰ ਨੂੰ ਅੰਦਰ ਜੇਲ੍ਹ ਦੇ ਵਿੱਚ ਵਧੀਆ ਜੀਵਨ ਜਿੰਦੇ ਹੋਏ ਦੇਖਦੇ ਨੇ ਤੇ ਉਹ ਗਲੋਰੀਫਿਕੇਸ਼ਨ ਹੈ ਇੱਕ ਗੈਂਗਸਟਰ ਦੀ ਜਦ ਕਿ ਸਾਰਿਆਂ ਨੂੰ ਪਤਾ ਆਪਾਂ ਨੂੰ ਕਿ ਉਸ ਬੰਦੇ ਨੇ ਕਦੇ ਜੇਲ੍ਹ ਤੋਂ ਬਾਹਰ ਨਹੀਂ ਆਣਾ ਤੇ ਜੇਲ ਦੇ ਬਾਹਰ ਜੀਵਨ ਕੁਝ ਹੋ ਰਿਹਾ ਜੇਲ ਦੇ ਅੰਦਰ ਜੀਵਨ ਕੁਝ ਹੋ ਰਿਹਾ ਤੋਂ ਕੋਰਟ ਨੇ ਰਿਅਲਾਈਜ਼ ਕੀਤਾ ਕਿ ਇਹ ਇੰਟਰਵਿਊ ਜਿਹੜੀ ਹੈ ਉਹ ਜੇਲ ਲਾਈਫ ਨੂੰ ਗਲੋਰੀਫਾਈ ਕਰ ਰਹੀ ਹੈ ਸੋ ਐਸ ਕਰਕੇ ਇਸ ਇੰਟਰਵਿਊ ਨੂੰ ਹਟਾਣਾ ਬਹੁਤ ਜ਼ਰੂਰੀ ਹੈ ਸੋ ਐਸ ਕਰਕੇ ਜਿਹੜੀ ਐ ਐਸਆਈਟੀ ਦਾ ਨਿਰਮਾਣ ਕੀਤਾ ਗਿਆ ਉਤੋਂ ਮੈਨੂੰ ਇਹ ਉਮੀਦ ਹੈ ਕਿ ਇਹਦਾ ਜਿਹੜਾ ਨਿਪਟਾਰਾ ਹੈ ਉਹ ਬਹੁਤ ਜਲਦੀ ਹੋਊਗਾ ਔਰ ਸਾਡੇ ਸਾਰਿਆਂ ਦੇ ਸਾਹਮਣੇ ਇਹ ਜਿਹੜਾ ਇੱਕ ਮਿਸਟਰੀ ਬਣੀ ਹੋਈ ਸੀਗੀ ਕਿ ਇਹ ਇੰਟਰਵਿਊ ਹੋਈ ਕਿੱਥੇ ਹੈ ਉਹ ਮਿਸਟਰੀ ਦਾ ਜਿਹੜਾ ਅੰਤ ਹੈ ਉਹ ਬੜੀ ਛੇਤੀ ਹੋਊਗਾ ਇਹ ਸੱਚ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕਿਸੇ ਜੇਲ੍ਹ ਅਧਿਕਾਰੀ ਨੂੰ ਨਹੀਂ ਪਤਾ ਹੋਊਗਾ ਕਿ ਇਹ ਇੰਟਰਵਿਊ ਹੋਈ ਕਿੱਥੇ ਆ ਜਾਂ ਇਹ ਲਾਰੈਂਸ ਨੂੰ ਵੀ ਪੁੱਛਿਆ ਜਾ ਸਕਦਾ ਸੀ ਲਿਆ ਕੇ ਕਿ ਲਾਰੈਂਸ ਇਹ ਇੰਟਰਵਿਊ ਕਿਹੜੀ ਥਾਂ ਤੇ ਹੋਈ ਹੈ ਕਿੰਨੀ ਤਰੀਕ ਨੂੰ ਹੋਈ ਹੈ ਇਸ ਦੇ ਬਾਰੇ ਸਰ ਜੇ ਤੁਸੀਂ ਇੰਟਰਵਿਊ ਨੂੰ ਧਿਆਨ ਨਾਲ ਦੇਖੋਗੇ ਔਰ ਸੁਣੋਗੇ ਤਾਂ ਤੁਹਾਨੂੰ ਇਹ ਪਤਾ ਚੱਲ ਜਾਏਗਾ ਕਿ ਲਾਰੈਂਸ ਬਿਸ਼ਨੋਈ ਤਾਂ ਸ਼ਰੇਆਮ ਕਹਿ ਰਿਹਾ ਸੀਗਾ ਕਿ ਮੈਂ ਇਸ ਟੈਂਪ ਬਠਿੰਡਾ ਜੇਲ੍ਹ ਦੇ ਵਿੱਚ ਹਾਂ ਔਰ ਉਹਨੇ ਜਿਹੜੀ ਸੈਕੰਡ ਇੰਟਰਵਿਊ ਸੀ ਖਾਸ ਕਰਕੇ ਜਿਹੜੀ ਕਿ ਉਹਨੇ ਡੀਜੀ ਜੇਲ੍ਹ ਦਾ ਨਾਮ ਲਿਆ ਉਹਨੇ ਤੁਸੀਂ ਸੁਣਿਆ ਤੁਸੀਂ yes yes ਜਦੋਂ ਸੈਕੰਡ ਇੰਟਰਵਿਊ ਹੋਈ ਹੈ ਤੇ ਜਦੋਂ ਉਹਨੇ ਸੈਕੰਡ ਇੰਟਰਵਿਊ ਕੀਤੀ ਹੈ ਤੇ ਜਿਹੜੀਆਂ ਉਹਨੇ ਘਟਨਾਵਾਂ ਦਾ ਜ਼ਿਕਰ ਕੀਤਾ ਉਹ ਜਿਹੜੀਆਂ ਸਾਰੀਆਂ ਘਟਨਾਵਾਂ ਸੀਗੀਆਂ ਜਿਹੜੀਆਂ ਉਹ ਇੰਟਰਵਿਊ ਜਿਹੜੀ ਸੈਕੰਡ ਇੰਟਰਵਿਊ ਹੋਈ ਹੈ ਉਸ ਤੋਂ ਪਹਿਲਾਂ ਉਹ ਘਟਨਾਵਾਂ ਹੋ ਚੁੱਕੀਆਂ ਸੀਗੀਆਂ ਜਿਵੇਂ ਪ੍ਰਿਤਪਾਲ ਦਾ ਜ਼ਿਕਰ ਕੀਤਾ ਉਹਨੇ ਉਹਨੇ ਇੱਕ ਦੋ ਮਰਡਰਸ ਦਾ ਜ਼ਿਕਰ ਕੀਤਾ ਜਿਹੜੇ ਹੋਏ ਸੀਗੇ ਇੱਕ ਰਾਜਸਥਾਨ ਤੋਂ ਮੁੰਡਾ ਪਕੜਿਆ ਗਿਆ ਸੀਗਾ ਉਹਦਾ ਜ਼ਿਕਰ ਕੀਤਾ ਫਿਰ ਉਸ ਤੋਂ ਬਾਅਦ ਉਹਨੇ ਡੀਜੀਪੀ ਸਾਹਿਬ ਦੀ ਜਿਹੜੀ ਇੰਟਰਵਿਊ ਪ੍ਰੈਸ ਕਾਨਫਰੰਸ ਜਿਹੜੀ ਡੀਜੀਪੀ ਸਾਹਿਬ ਨੇ ਕੀਤੀ ਸੀ ਜਿੰਦੇ ਚ ਉਹਨਾਂ ਨੇ ਕਿਹਾ ਕਿ ਵੀ ਜੋ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਚੱਲ ਰਹੀ ਹੈ ਉਹ ਇੰਟਰਵਿਊ ਤੋਂ ਇਹ ਪਤਾ ਚੱਲਦਾ ਹੈ ਕਿ ਇਹ ਪੰਜਾਬ ਦੀ ਜੇਲ੍ਹ 'ਚ ਨਹੀਂ ਹੋਈ ਤੇ ਸਾਡੀ ਕਸਟਡੀ ਦੇ ਵਿੱਚ ਉਹ ਨਹੀਂ ਸੀਗਾ ਜਿਸ ਟਾਈਮ ਦੇ ਉੱਤੇ ਇੰਟਰਵਿਊ ਹੋਈ ਕਿਉਂਕਿ ਉਹਨਾਂ ਨੇ ਕੁਝ ਰਿਕਾਰਡ ਦਿਖਾਏ ਸੀਗੇ ਲੇਕਿਨ ਜਦੋਂ ਸੈਕੰਡ ਇੰਟਰਵਿਊ ਹੋਈ ਹੈ ਤਾਂ ਉਸ ਟਾਈਮ ਤੇ ਲਾਰੈਂਸ ਨੇ ਬਕਾਇਦਾ ਆਪਦਾ ਜੇਲ੍ਹ ਦਾ ਸੈੱਲ ਜਿਹੜਾ ਸੀਗਾ ਉਹ ਦਿਖਾਇਆ ਉਹਨੇ ਦਿਖਾਇਆ ਕਿ ਮੈਂ ਦੇਖੋ ਜੀ ਆ ਮੇਰਾ ਇੱਥੇ ਖਿੜਕੀ ਹੈ ਆ ਦੇਖੋ ਜੀ ਆ ਮੈਂ ਇੱਥੇ ਬੈੱਡ ਹੈ ਮੇਰਾ ਇੱਥੇ ਮੈਂ ਬੈਠਦਾ ਇੱਥੇ ਮੇਰਾ ਖਾਣਾ ਆਉਂਦਾ ਹੈ ਜੋ ਵੀ ਸਿਸਟਮ ਸੀਗਾ ਹੁੰਦਾ ਜੇਲ ਦੇ ਵਿੱਚ ਉਹਨੇ ਦਿਖਾਇਆ ਕਿੱਥੇ ਕੱਪੜੇ ਰੱਖਦਾ ਹੈ ਵਗੈਰਾ ਵਗੈਰਾ ਸੋ ਉਹ ਜਿਹੜੀਆਂ ਚੀਜ਼ਾਂ ਨੇ ਉਹਦੇ ਵੱਲੋਂ ਕਹੇ ਹੋਏ ਵਰਡ ਦੀ ਕੋਈ ਵੈਲਿਊ ਨਹੀਂ ਹੈ ਕਿਉਂਕਿ ਉਹ ਤਾਂ ਝੂਠ ਵੀ ਬੋਲ ਸਕਦਾ ਹੈ ਵੈਲਿਊ ਉਸ ਚੀਜ਼ ਦੀ ਹੈ ਕਿ ਕਿਹੜੀ ਜੇਲ ਦੇ ਵਿੱਚ ਕਿਹੜੇ ਅਧਿਕਾਰੀ ਦੀ ਕਸਟਡੀ ਦੇ ਵਿੱਚ ਹੋਇਆ ਕਿਉਂਕਿ ਇਹਦੇ ਵਿੱਚ ਮੈਨੂੰ ਇਹ ਉਮੀਦ ਹੈ ਕਿ ਜਿਹੜਾ ਚੇਲ ਸੁਪਰੀਨਟੈਂਡੈਂਟ ਹੈ ਉਹਦੀ ਨੌਕਰੀ ਵੀ ਜਾਊਗੀ ਜਿਹੜਾ ਬੰਦਾ ਉਹਦੀ ਕਸਟਡੀ ਉਸ ਟਾਈਮ ਤੇ ਦੇਖ ਰਿਹਾ ਸੀਗਾ ਉਹਦੇ ਉੱਤੇ ਵੀ ਸਵਾਲ ਉੱਠਣਗੇ ਔਰ ਸੀਰੀਅਸ ਉਹਦੇ ਜਿਹੜੇ ਕਨਸੀਕਵੈਂਸਿਸ ਹੋਣਗੇ ਸੋ ਕਿਸੇ ਨੂੰ ਪ੍ਰੋਟੈਕਟ ਕਰਨ ਵਾਸਤੇ ਇਸ ਚੀਜ਼ ਨੂੰ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ ਕਿ ਵੀ ਇਹ ਜਿਹੜੀ ਇਹ ਇੰਟਰਵਿਊ ਕਿੱਥੇ ਹੋਈ ਸੀ ਔਰ ਮੈਨੂੰ ਇਹ ਲੱਗਦਾ ਹੈ ਕਿ ਆਪਾਂ ਨੂੰ ਬਲੇਮ ਗੇਮ 'ਚ ਨਹੀਂ ਪੈਣਾ ਚਾਹੀਦਾ ਜੇ ਮੰਨ ਲਓ ਇੱਕ ਅਫਸਰ ਗਲਤ ਹੈ ਮੰਨ ਲਓ ਪ੍ਰਤਪਾਲ ਨੇ ਉਹ ਦੀਪਕ ਤੀਨੂ ਗੈਂਗਸਟਰ ਨੂੰ ਭਜਾਇਆ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਪੂਰੀ ਦੀ ਪੂਰੀ ਪੰਜਾਬ ਪੁਲਿਸ ਜਿਹੜੀ ਹੈ ਉਹ ਭ੍ਰਸ਼ਟ ਹੋ ਗਈ ਇਹਦਾ ਮਤਲਬ ਇੱਕ ਆਫੀਸਰ ਗਲਤ ਹੈ ਸੋ ਐਸੇ ਤਰੀਕੇ ਦੇ ਨਾਲ ਜਿਹੜੇ ਬੰਦੇ ਨੇ ਲੋਰੈਂਸ ਦੀ ਇੰਟਰਵਿਊ ਕਰਾਂਚ ਮਦਦ ਕੀਤੀ ਉਸ ਆਫੀਸਰ ਦੇ ਉੱਤੇ ਜੇ ਪੰਜਾਬ ਸਰਕਾਰ ਕਾਰਵਾਈ ਕਰਦੀ ਹੈ ਤੇ ਪੰਜਾਬ ਸਰਕਾਰ ਨੂੰ ਰੈਦਰ ਪ੍ਰਸ਼ੰਸਾ ਮਿਲੇਗੀ ਕਿ ਇਹਨਾਂ ਨੇ ਐਕਚੁਅਲ ਚ ਜੋ ਜੈਨੂਇਨ ਐਕਸ਼ਨ ਬੰਦਾ ਸੀਗਾ ਉਹ ਆਪਦੇ ਅਫਸਰ ਦੇ ਖਿਲਾਫ ਲਿਆ ਔਰ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਇਹ ਡਿਸੀਜਨ ਲੈ ਲੈਣਾ ਚਾਹੀਦਾ ਹੈ ਕੋ ਦੇਖੋ ਜੀ ਕਾਲ ਡਾਟਾ ਇਕੱਠਾ ਕਰਨਾ ਕਾਲ ਲੌਗਸ ਇਕੱਠੇ ਕਰਨੇ ਉਹਨਾਂ ਦੀ ਰਿਕਾਰਡਿੰਗ ਕਰਕੇ ਤੇ ਉੱਥੋਂ ਦੀ ਇਹ ਪਤਾ ਕਰਨਾ ਕਿ ਕਿਸ ਟਾਈਮ ਤੇ ਉਹ ਇੰਟਰਵਿਊ ਹੋਈ ਸੀ ਕਿ ਕੋਈ ਬਹੁਤ ਮੁਸ਼ਕਲ ਕੰਮ ਨਹੀਂ ਹੈ ਟੈਕਨੋਲੋਜੀ ਬਹੁਤ ਅੱਗੇ ਵੱਧ ਚੁੱਕੀ ਹੈ ਬਾਹਰ ਬੈਠੇ ਹੋਏ ਬੰਦੇ ਵੀ ਬੜੇ ਆਰਾਮ ਨਾਲ ਪਤਾ ਕਰ ਸਕਦੇ ਆ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਉਸ ਟਾਈਮ ਦੇ ਉੱਤੇ ਉਹ ਫ੍ਰੀਕਵੈਂਸੀ ਜਿਹੜੀ ਹੈ ਉਹ ਕਿਹੜੀ ਚੱਲ ਰਹੀ ਸੀ ਕਿ ਕਿਹੜੇ ਇੰਟਰਨੈਟ ਦੇ ਥਰੂ ਇਹ ਕੰਮ ਹੋਇਆ ਸੋ ਉਹ ਪਤਾ ਕਰਨਾ ਬੜਾ ਆਸਾਨ ਕੰਮ ਹੈ ਸੋ ਮੈਨੂੰ ਉਮੀਦ ਹੈ ਵੀ ਜੇ ਸਰਕਾਰ ਆਪਦੀ ਇੰਟੈਂਟ ਠੀਕ ਹੋਵੇ ਤੇ ਬੜੇ ਆਰਾਮ ਦੇ ਨਾਲ ਇਹਨੂੰ ਪਤਾ ਕਰਾ ਸਕਦਾ ਹੁਣ ਇਹ ਜਿਹੜੀ ਤੁਹਾਡੇ ਹੱ ਕਿ ਐਪਲੀਕੇਸ਼ਨ ਆਈ ਲਾਰੈਂਸ ਬਿਸ਼ਨੋਈ ਨੇ ਐਪਲੀਕੇਸ਼ਨ ਦਿੱਤੀ ਹੈ ਕਿ ਮੈਨੂੰ ਇਸ ਕੇਸ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਮੈਂ ਤਾਂ ਸਿੱਧੂ ਮੂਸੇਵਾਲਾ ਦਾ ਕਤਲ ਨਹੀਂ ਕਰਵਾਇਆ ਈਵਨ ਇੰਟਰਵਿਊ ਦੇ ਵਿੱਚ ਉਹ ਜ਼ਿਕਰ ਕਰ ਰਿਹਾ ਸੀ ਬਕਾਇਦਾ ਤੌਰ ਤੇ ਕਿ ਸਾਡੇ ਭਰਾਵਾਂ ਨੇ ਮਰਵਾਇਆ ਔਰ ਵਿੱਕੀ ਮਿੱਡੂ ਖੇੜਾ ਦਾ ਜ਼ਿਕਰ ਉਹਨੇ ਕੀਤਾ ਪਰ ਹੁਣ ਇਹ ਸਾਰੀ ਦੀ ਸਾਰੀ ਗੱਲ ਉਲਟ ਹੈ ਤੁਹਾਨੂੰ ਕੀ ਲੱਗਦਾ ਇਹ ਕੋਈ ਦਾ ਜਿਹੜਾ ਖੇੜਿਆ ਕਿ ਬਚ ਸਕਦਾ ਲਾਰੈਂਸ ਇਸ ਦੇ ਥਰੂ ਸਰ ਇਸ ਵਿੱਚ ਬਚਣ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਉਹਦੇ ਵਿੱਚ ਜਿਹੜੀ ਆ ਐਪਲੀਕੇਸ਼ਨਾਂ ਦੋ ਪਈਆਂ ਜੀ ਮੇਰੇ ਕੋਲ ਇੱਕ ਲੋਰੈਂਸ ਬਿਸ਼ਨੋਈ ਦੀ ਐਪਲੀਕੇਸ਼ਨ ਹੈ ਔਰ ਇੱਕ ਦੂਜਰੀ ਜਿਹੜੀ ਐਪਲੀਕੇਸ਼ਨ ਹੈ ਉਹ ਜੱਗੂ ਭਗਵਾਨਪੁਰੀਏ ਦੀ ਹੈ ਉਹਦੇ ਚ ਦੋਨਾਂ ਚ ਉਹਨਾਂ ਨੇ ਬੈਨੀਫਿਟ ਕਿਸ ਚੀਜ਼ ਦਾ ਲਿਆ ਮੋਨੇ ਦਾ ਮਰਡਰ ਹੋਇਆ ਜੀ ਗੋਇੰਦਵਾਲ ਜੇਲ੍ਹ ਦੇ ਅੰਦਰ ਮੋਨਾ ਕੌਣ ਸੀਗਾ ਮੋਨੇ ਦੇ ਉੱਤੇ ਅਲੀਗੇਸ਼ਨ ਇਹ ਸੀਗਾ ਕਿ ਵੀ ਮੋਨਾ ਜੱਗੂ ਤੇ ਲੋਰੈਂਸ ਦੇ ਵਿੱਚ ਕੜੀ ਦਾ ਕੰਮ ਕਰਦਾ ਸੀਗਾ ਤੇ ਮੋਨੇ ਦੇ ਕੋਲੋਂ ਦੀ ਉਦੇ ਸੈੱਲ ਦੇ ਵਿੱਚੋਂ ਦੀ ਪੁਲਿਸ ਨੇ ਮੋਬਾਈਲ ਫੋਨ ਰਿਕਵਰ ਕੀਤਾ ਸੀਗਾ ਜਦੋਂ ਮੋਨੇ ਦਾ ਮਰਡਰ ਹੋ ਗਿਆ ਇਹਨਾਂ ਨੂੰ ਲੱਗਿਆ ਲੌਰੈਂਸ ਤੇ ਜੱਗੂ ਨੂੰ ਕਿ ਵੀ ਹੁਣ ਜਿਹੜਾ ਐਵੀਡੈਂਸ ਦੇਣ ਵਾਲਾ ਬੰਦਾ ਸੀਗਾ ਉਹ ਤਾਂ ਮਰ ਗਿਆ ਤੇ ਉਹਦਾ ਅਸੀਂ ਫਾਇਦਾ ਚੱਕ ਲਈਏ ਜਦੋਂ ਸਾਡੇ ਪੰਜਾਬ ਦੇ ਏਡੇ ਮਸ਼ਹੂਰ ਸਿੰਗਰ ਦਾ ਮਰਡਰ ਹੋਇਆ ਸਿੱਧੂ ਮਸੇਵਾਲੇ ਦਾ ਜਦੋਂ ਮਰਡਰ ਹੋਇਆ ਉਸ ਟਾਈਮ ਤੇ ਇਹ ਲੋਕ ਇੰਟਰਨੈਟ ਤੇ ਛਾਤੀਆਂ ਠੋਕ ਠੋਕ ਕੇ ਕਹਿ ਰਹੇ ਸੀਗੇ ਕਿ ਮੈਂ ਮਰਡਰ ਕਰਾਇਆ ਮੈਂ ਮਰਡਰ ਕਰਾਇਆ ਇਹਨਾਂ ਦੀਆਂ ਫੇਸਬੁੱਕ ਪੋਸਟਾਂ ਹੱਲੇ ਵੀ ਪਈਆਂ ਨੇ ਔਰ ਉਹ ਚਲਾਨ ਦੇ ਵਿੱਚ ਵੀ ਲੱਗੀਆਂ ਹੋਈਆਂ ਨੇ ਪਾਰਟ ਨੇ ਮਤਲਬ ਪਬਲਿਕ ਦਾ ਰਿਕਾਰਡ ਹੈ মিডিਆ ਦੇ ਕੋਲ ਤੁਹਾਡੇ ਕੋਲ ਵੀ ਅਵੇਲੇਬਲ ਹੈ ਔਰ ਇੰਟਰਵਿਊ ਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਇਹ ਕਹਿ ਰਿਹਾ ਹੈ ਕਿ ਜੀ ਅਸੀਂ ਭਰਾਵਾਂ ਦਾ ਬਦਲਾ ਲਿਆ ਜਿਹੜੇ ਸਾਡੇ ਕਰ ਰਹੇ ਸੀਗੇ ਕਦੇ ਸਿੱਧੂ ਨੂੰ ਗੈਂਗ ਗੈਂਗਵਾਰ ਦੇ ਨਾਲ ਜੋੜਿਆ ਗਿਆ ਲੇਕਿਨ ਜਦੋਂ ਤੁਸੀਂ ਇਹ ਐਪਲੀਕੇਸ਼ਨ ਪੜਦੇ ਤੋ ਤੁਹਾਨੂੰ ਨਜ਼ਰ ਆਂਦਾ ਕਿ ਡੱਡੂ ਤਰ੍ਹਾਂ ਆਇਆ ਹੱਥ ਜੋੜ ਕੇ ਖੜ ਗਿਆ ਕੋਰਟ ਦੇ ਵਿੱਚ ਕਿ ਹਾਂਜੀ ਅਸੀਂ ਮਰਡਰ ਨਹੀਂ ਕੀਤਾ ਅਸੀਂ ਜੀ ਸਾਡਾ ਕੋਈ ਰੋਲ ਨਹੀਂ ਹੈ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਦੇ ਹੱਥ ਬੰਨੇ ਆ ਕੋਰਟ ਦੇ ਅੱਗੇ ਉਹ ਸਿਰਫ ਆਪ ਦੇ ਆਪ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਐ ਉਸ ਮਰਡਰ ਦੀ ਵਜ੍ਹਾ ਦੇ ਨਾਲ ਜਿਹੜਾ ਮੋਹਨੇ ਦਾ ਮਰਡਰ ਹੋਇਆ ਕਿ ਤਾਂਕਿ ਕੜੀ ਨਹੀਂ ਜੁੜੇਗੀ ਲੇਕਿਨ ਮੈਨੂੰ ਯਕੀਨ ਹੈ ਕਿ ਕੋਰਟ ਦੇ ਵਿੱਚ ਇੰਨਾ ਸਫੀਸ਼ੀਐਂਟ ਮਟੀਰੀਅਲ ਆਲਰੇਡੀ ਆ ਚੁੱਕਿਆ ਹੈ ਕਿ ਇਹਨਾਂ ਨੂੰ ਉਸ ਮਰਡਰ ਦੇ ਨਾਲ ਕਨੈਕਟ ਕਰਨਾ ਤੇ ਉਸ ਕੜੀ ਨੂੰ ਕੰਪਲੀਟ ਕਰਨਾ ਕੋਈ ਜ਼ਿਆਦਾ ਮੁਸ਼ਕਲ ਕੰਮ ਨਹੀਂ ਹੋਏਗਾ ਟ੍ਰਾਇਲ ਚੱਲਦਾ ਪਿਆ ਹੈ ਜਦੋਂ ਟ੍ਰਾਇਲ ਕੰਪਲੀਟ ਹੋਏਗਾ ਉਦੋਂ ਫੈਸਲਾ ਹੋਏਗਾ ਐਸ ਐਪਲੀਕੇਸ਼ਨ ਦੇ ਬੇਸਿਸ ਦੇ ਉੱਤੇ ਕੋਈ ਨਹੀਂ ਜਾਣ ਵਾਲੇ ਲੇਕਿਨ ਇੱਕ ਗੱਲ ਤਾਂ ਸ਼ੋਰ ਹੋਗੀ ਕਿ ਸਿੱਧੂ ਮੂਸੇਵਾਲਾ ਦਾ ਗੈਂਗਸਟਰਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਇਹ ਗੱਲ ਐਸ ਇੰਟਰਵਿਊ ਦੇ ਜ਼ਰੀਏ ਬਿਲਕੁਲ ਕਲੀਅਰ ਹੋਗੀ ਨੰਬਰ 2 ਜਿਹੜੀ ਗੈਂਗ ਜਿਹੜੀ ਗੈਂਗਸਟਰਵਾਦ ਦੀ ਗੱਲ ਜਿਹੜੀ ਹੈ ਸਿੱਧੂ ਮੂਸੇਵਾਲਾ ਦੇ ਉੱਤੇ ਪਾਈ ਜਾ ਰਹੀ ਸੀਗੀ ਉਹ ਗੱਲ ਵੀ ਐਸ ਇੰਟਰਵਿਊ ਐਸ ਐਪਲੀਕੇਸ਼ਨ ਦੇ ਜ਼ਰੀਏ ਕਲੀਅਰ ਹੋਗੀ ਕਿ ਸਿੱਧੂ ਮੂਸੇਵਾਲਾ ਦਾ ਕਿਸੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਲਾਰੈਂਸ ਵੀ ਇੰਟਰਵਿਊ ਦੇ ਵਿੱਚ ਵੀ ਜ਼ਿਕਰ ਕਰ ਰਿਹਾ ਕਿ ਜੀ ਸਾਡੇ ਆਪੋਜੀਟ ਜਿਹੜਾ ਗਰੁੱਪ ਆ ਸਾਡੇ ਐਨਮੀਜ਼ ਨੂੰ ਉਹ ਸਪੋਰਟ ਕਰ ਰਿਹਾ ਸੀ ਔਰ ਇਹਦੇ ਵਿੱਚ ਤੁਹਾਨੂੰ ਕਿਹੜੀ ਚੀਜ਼ ਲੱਗਦੀ ਹੈ ਇੰਪੋਰਟੈਂਟ ਜਿਹਦੇ ਬੇਸ ਤੇ ਜਿਹੜਾ ਬੇਸ ਬਣਾਉਣ ਦੀ ਕੋਸ਼ਿਸ਼ ਲਾਰੈਂਸ ਨੇ ਕੀਤੀ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਉਹ ਹਵਾ ਦੇ ਵਿੱਚ ਤੀਰ ਚਲਾਇਆ ਹੈ ਜਾਂ ਔਰ ਆਪਦੇ ਨੂੰ ਕੁਝ ਸ਼ਾਇਦ ਕੋਸ਼ਿਸ਼ ਕੀਤੀ ਗਈ ਹੈ ਕਿ ਕਿਹੜੀ ਗੱਲ ਤੁਹਾਨੂੰ ਇਸ ਪੂਰੀ ਐਪਲੀਕੇਸ਼ਨ ਦੇ ਵਿੱਚ ਲੱਗੀ ਕਿ ਦਮਦਾਰ ਗੱਲ ਹੈ ਸਰ ਪੈਰਾ ਨੰਬਰ 5 ਮੈਂ ਆਪਦੇ ਵੱਲੋਂ ਕੁਝ ਨਹੀਂ ਕਹਿੰਦਾ ਆ ਲੋਰੈਂਸ ਬਿਸ਼ਨੋਈ ਦੇ ਆਪਦੇ ਸ਼ਬਦ ਨੇ ਕਿਉਂਕਿ ਜਦੋਂ ਕਿਸੇ ਆ ਦੇਖ ਲਓ ਭਾਈ ਸਾਹਿਬ ਕੈਮਰੇ ਤੇ ਦਿਖਾ ਦਿਓ ਜਦੋਂ ਕੋਈ ਬੰਦਾ ਕੋਰਟ 'ਚ ਦਰਖਾਸਤ ਦਿੰਦਾ ਹੈ ਤੇ ਮੰਨਿਆ ਇਹ ਜਾਂਦਾ ਹੈ ਕਿ ਇਹ ਉਸ ਬੰਦੇ ਨੇ ਦਰਖਾਸਤ ਦਿੱਤੀ ਹੈ ਵਕੀਲ ਤੇ ਗੱਲ ਨਹੀਂ ਪਾਈ ਜਾ ਸਕਦੀ ਕਿ ਐਡਵੋਕੇਟ ਨੇ ਦੇਤੀ ਜੀ ਇਹਨੂੰ ਕਾਨੂੰਨੀ ਦਾਅ ਪੇਜ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ ਉਹਦੇ ਵਿੱਚ ਉਹ ਸ਼ਰੇਆਮ ਇਹ ਚੀਜ਼ ਲਿਖ ਰਿਹਾ ਹੈ ਕਿ ਸਿੱਧੂ ਮੁਸੇਵਾਲੇ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ ਨਾ ਮੈਂ ਕਦੇ ਉਹਦੇ ਕੋਲੋਂ ਕੋਈ ਫਰੋਤੀ ਮੰਗੀ ਹੈ ਨਾ ਹੀ ਮੈਨੂੰ ਉਸ ਬੰਦੇ ਦੇ ਨਾਲ ਕੋਈ ਮੇਰਾ ਸਬੰਧ ਸੀਗਾ ਨਾ ਹੀ ਉਹਨੂੰ ਮੇਰੇ ਤੋਂ ਕੋਈ ਥ੍ਰੈਟ ਸੀਗਾ ਨਾ ਮੈਨੂੰ ਉਹਦੇ ਤੋਂ ਕੋਈ ਥ੍ਰੈਟ ਸੀਗਾ ਇਹ ਚੀਜ਼ ਉਹ ਸ਼ਰੇਆਮ ਮੰਨ ਰਿਹਾ ਹੈ ਉਹ ਇਸ ਐਪਲੀਕੇਸ਼ਨ ਦੇ ਵਿੱਚ ਉਹਨੂੰ ਇਸ ਚੀਜ਼ ਤੋਂ ਪਿੱਛੇ ਕਿਵੇਂ हट ਜਾਊਗਾ ਜੀ ਇੱਕ ਘਟ ਇੱਕ ਚੀਜ਼ ਤਾਂ ਇੰਟਰਨੈਟ ਦੇ ਉੱਤੇ ਉਹਨੇ ਇੰਟਰਵਿਊ ਦਿੱਤੀ ਇੰਟਰਵਿਊ ਤੋਂ ਇਨਕਾਰ ਕੀਤਾ ਜਾ ਸਕਦਾ ਕਿਉਂਕਿ ਉਹ ਆਜ ਕੱਲ ਡੀਪ ਫੇਕ ਐਡੀ ਵਰਜਨਸ 110 ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਆndੀਆਂ ਨੇ ਲੇਕਿਨ ਇਹ ਤਾਂ ਲਾਰੈਂਸ ਬਿਸ਼ਨੋਈ ਦੀ ਆਪਦੀ ਐਪਲੀਕੇਸ਼ਨ ਹੈ ਜਿਹਦੇ ਵਿੱਚ ਉਹਨੇ ਸਾਫ਼ ਪੰਜਵੇਂ ਪੈਰੇ ਦੇ ਵਿੱਚ ਕਲੀਅਰ ਕੀਤਾ ਹੈ ਕਿ ਸੁਪ ਦੀ ਸੁਖਦੀਪ ਸਿੰਘ ਸਿੱਧੂ ਸ਼ੁਭਦੀਪ ਸਿੰਘ ਸਿੱਧੂ ਨੇ ਮੇਰੇ ਖਿਲਾਫ ਕਦੇ ਕੋਈ ਦਰਖਾਸਤ ਨਹੀਂ ਦਿੱਤੀ ਨਾ ਹੀ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਸੀਗਾ ਤੇ ਨਾ ਹੀ ਮੈਂ ਕਦੇ ਉਹਦੇ ਤੋਂ ਕੋਈ ਫਰੋਤੀ ਦੀ ਮੰਗ ਕੀਤੀ ਹੈ ਤੇ ਨਾ ਹੀ ਮੇਰਾ ਉਹਦੇ ਨਾਲ ਕੋਈ ਦਸ਼ਮਣੀ ਸੀਗੀ ਔਰ ਇਸ ਤੋਂ ਇਲਾਵਾ ਆਪਾਂ ਨੂੰ ਕਿਸ ਚੀਜ਼ ਦਾ ਪ੍ਰੂਫ ਚਾਹੀਦਾ ਹੈ ਇਹ ਜਾਣਨ ਵਾਸਤੇ ਕਿ ਜੇਲ੍ਹਾਂ ਦੇ ਵਿੱਚ ਇਹਨਾਂ ਦੇ ਅੰਦਰ ਜਦੋਂ ਬੈਠੇ ਜਦੋਂ ਇਹ ਕੇਸ ਲੜਦੇ ਆ ਉਦੋਂ ਇਹਨਾਂ ਦਾ ਕਿਰਦਾਰ ਕਿਸ ਤਰੀਕੇ ਦੇ ਨਾਲ ਸਾਹਮਣੇ ਆਂਦਾ ਹੈ ਪਹਿਲਾਂ ਤਾਂ ਉਹ ਸਿੱਧੂ ਦੇ ਉੱਤੇ ਅਲੀਗੇਸ਼ਨ ਲਗਾਉਂਦੇ ਨੇ ਇੰਟਰਵਿਊ ਦੇ ਜ਼ਰੀਏ ਜਦੋਂ ਉਹਦੇ ਮਰਡਰ ਦੀ ਜ਼ਿੰਮੇਵਾਰੀ ਲੈਣੀ ਸੀ ਇਸ ਦਾ ਮਤਲਬ ਇਹ ਹੋ ਗਿਆ ਕਿ ਇਹ ਸਿਰਫ ਵਪਾਰ ਚਲਾ ਰਹੇ ਆ ਇਹ ਲੋਕਾਂ ਦੇ ਵਿੱਚ دہشت ਕ੍ਰੀਏਟ ਕਰਨਾ ਚਾਹੁੰਦੇ ਆ ਲੇਕਿਨ ਜਦੋਂ ਅਦਾਲਤ ਦੇ ਵਿੱਚ ਕੇਸ ਚੱਲਦਾ ਹੈ ਉਦੋਂ ਇਹ ਬਿਲਕੁਲ ਪਿੱਛੇ हट ਜਾਂਦੇ ਆ ਮੂਸੇ ਵਾਲੇ ਦੇ ਪਿਤਾ ਜੀ ਨੇ ਡੱਟੂ ਸੇਮ ਗੱਲ ਕਹੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਹਿ ਰਹੇ ਹੋ ਕਿ ਜਦੋਂ ਇਹਨਾਂ ਨੇ ਸਿੱਧੂ ਮੂਸੇ ਵਾਲੇ ਦਾ ਕਤਲ ਕਰਾਇਆ ਮੇਰੇ ਪੁੱਤ ਦਾ ਕਤਲ ਕਰਾਇਆ ਉਦੋਂ ਛਾਤੀਆਂ ਚੌੜੀਆਂ ਕਰਕੇ ਕਹਿੰਦੇ ਸੀ ਕਿ ਅਸੀਂ ਮਰਵਾਇਆ ਔਰ ਉਦੋਂ ਫਰੋਤੀਆਂ ਦੇ ਰੇਟ ਇਹਨਾਂ ਨੇ ਵਧਾ ਲਏ ਇਹਨਾਂ ਨੂੰ ਫਰੋਤੀਆਂ ਮਹਿੰਗੇ ਮਹਿੰਗੇ ਹੋਰ ਮੋਟੀਆਂ ਫਰੋਤੀਆਂ ਮਿਲ ਗਈਆਂ ਕਹਿੰਦੇ ਹੁਣ ਜਦੋਂ ਸਜ਼ਾ ਦਾ ਟਾਈਮ ਨੇੜੇ ਆ ਰਿਹਾ ਆਉਂਦਾ ਲੱਗ ਰਿਹਾ ਤਾਂ ਹੁਣੇ ਮੁੱਕਰ ਰਹੇ ਕਹਿੰਦੇ ਸਿੱਧੂ ਮੂਸੇ ਵਾਲੇ ਦਾ ਕਤਲ ਕਰਵਾਇਆ ਨਹੀਂ ਆਹ ਸਰ ਇੱਥੋਂ ਦੀ ਫਿਰ ਸਾਫ਼ ਤੌਰ ਤੇ ਚਰਿੱਤਰ ਦਾ ਪਤਾ ਚਲਦਾ ਨੇ ਮੈਂ ਸ਼ਾਇਦ ਆਪ ਦੇ ਬੱਚੇ ਵੀ ਮੇਰੇ ਜਦੋਂ ਸੁੰਦੇ ਐ ਤੇ ਮੈਨੂੰ ਵੀ ਲੱਗਦਾ ਹੈ ਵੀ ਕਿਤੇ ਵੀ ਉਹ ਦਲੇਰੀ ਦੀਆਂ ਗੱਲਾਂ ਬਹੁਤ ਜ਼ਿਆਦਾ ਕਰਦਾ ਸੀਗਾ ਪੰਜਾਬ ਗਾਣਾ ਉਹਦਾ ਸਾਰੇ ਦੁਨੀਆ ਦੇ ਵਿੱਚ ਸੁਨਿਆ ਗਿਆ ਉਹਦੇ ਵਿੱਚ 295 ਗਾਣਾ ਉਹਦਾ ਸਾਰੀ ਦੁਨੀਆ ਵਿੱਚ ਸੁਨਿਆ ਗਿਆ ਉਹਨੇ ਜਿੰਨੀਆਂ ਮਤਲਬ ਉਹਦੀ ਕਲਮ ਦੇ ਵਿੱਚ ਜਿੰਨੀ ਤਾਕਤ ਸੀਗੀ ਉਹਨੇ ਜਿੰਨੀ ਦਲੇਰੀ ਦੀ ਗੱਲ ਕੀਤੀ ਔਰ ਮੈਂ ਕਹਿੰਨਾ ਉਸ ਤੋਂ ਬਾਅਦ ਦਾ ਗਾਣਾ ਜਿਹੜਾ ਸੀਗਾ ਵਾਚ ਆਊਟ ਗਾਣਾ ਜਿਹੜਾ ਜਿਹੜਾ ਆ ਵਾਚ ਆਊਟ ਗਾਣੇ ਦੇ ਵਿੱਚ ਤਾਂ ਉਹਨੇ ਹੱਥ ਹੀ ਮੁਕਾਤੀ ਉਹ ਉੱਥੇ ਕਹਿੰਦਾ ਵੀ ਜਿੰਨੇ ਵਜਣਾ ਮੇਰੀ ਛਾਤੀ ਤੇ ਆ ਕੇ ਵਜੋ ਸਿੱਧਾ ਜੇ ਮੈਨੂੰ ਛੱਡ ਦੋਗੇ ਤਾਂ ਮੈਂ ਤੁਹਾਨੂੰ ਨਹੀਂ ਛੱਡਣਾ ਕਿਉਂਕਿ ਉਹਨੂੰ ਪਤਾ ਸੀਗਾ ਕਿ ਇਹ ਮੇਰੇ ਮਗਰ ਲੱਗੇ ਹੋਏ ਆ ਇਹ ਮੈਨੂੰ ਮਤਲਬ ਕਰਨਾ ਚਾਹੁੰਦੇ ਆ ਉਸ ਬੰਦੇ ਨੇ ਤਾਂ ਆਪ ਦਾ ਕਿਰਦਾਰ ਦਿਖਾਤਾ ਉਹਨੇ ਤਾਂ ਆਪਦੀ ਦਲੇਰੀ ਦਿਖਾਤੀ ਲੇਕਿਨ ਇਹਨਾਂ ਲੋਕਾਂ ਨੇ ਆਪ ਦਾ ਚਰਿੱਤਰ ਦਿਖਾਤਾ ਵੀ ਇਹ ਕਿੱਡੇ ਡਰਪੋਕ ਨੇ ਕਿੱਡੇ ਇਹ ਧੋਕਲੇ ਚਰਿੱਤਰ ਦੇ ਲੋਕ ਨੇ ਜਿਹੜੇ ਜੇਲਾਂ ਦੇ ਅੰਦਰ ਬੈਠ ਕੇ ਫੇਸਬੁਕਾਂ ਦੇ ਸਿਰਫ ਪੋਸਟਾਂ ਪਾਣ ਯੋਗ ਨੇ ਜਦੋਂ ਅਸਲ ਦੇ ਵਿੱਚ ਲੜਾਈ ਲੜਨ ਦਾ ਮੌਕਾ ਸੀਗਾ ਉਦੋਂ ਉਹ ਬਿਲਕੁਲ ਭੱਜ ਗਿਆ ਹਾਲਾਂਕਿ ਲਾਰੈਂਸ ਨੂੰ ਇਸ ਗੱਲ ਦਾ ਪਤਾ ਹੈ ਜੇ ਇਹ ਮਰਡਰ ਕੇਸ ਦੇ ਵਿੱਚ ਉਹ ਨੂੰ ਸਜ਼ਾ ਨਹੀਂ ਵੀ ਹੁੰਦੀ ਤਾਂ ਵੀ ਉਹ ਜੇਲ੍ਹ ਤੋਂ ਬਾਹਰ ਨਹੀਂ ਆਊਗਾ ਤਮੀਓ ਨੇ ਜੇਲ੍ਹ ਚ ਹੀ ਰਹਿਣਾ ਕਿਉਂਕਿ ਚਾਰ ਕੇਸਾਂ ਚ ਉਹਨੂੰ ਆਲਰੇਡੀ ਸਜ਼ਾ ਹੋ ਚੁੱਕੀ ਐ 71 ਭਾਈ ਸਾਹਿਬ 71 ਕੇਸ ਥੋੜੇ ਨਹੀਂ ਹੁੰਦੇ 71 ਕੇਸ ਉਹਦੇ ਉੱਤੇ ਚੱਲਦੇ ਪਏ ਨੇ ਜੇ ਉਹਦੇ ਅੰਦਰ ਥੋੜੀ ਜਿਹੀ ਵੀ ਦਲੇਰੀ ਹੁੰਦੀ ਆ ਥੋੜਾ ਜਿਹਾ ਵੀ ਉਹਦੇ ਅੰਦਰ ਮੰਨ ਲਓ ਜੇ ਉਹ ਗੈਂਗਸਟਰ ਅਸਲ ਦੇ ਵਿੱਚ ਗੈਂਗਸਟਰ ਹੁੰਦਾ ਤੇ ਉਹਨੇ ਜਿਵੇਂ ਇਸ ਤਰ੍ਹਾਂ ਦੀ ਐਪਲੀਕੇਸ਼ਨ ਫਾਈਲ ਨਹੀਂ ਕਰਨੀ ਸੀ ਖੁੱਲ ਕੇ ਲੋਰੈਂਸ ਦੇ ਖਿਲਾਫ ਬੋਲਦੇ ਹੂੰ ਮੈਨੂੰ ਕੋਈ ਇਸ ਤਰ੍ਹਾਂ ਦਾ ਕਾਗਜ਼ਾਂ ਦੇ ਵਿੱਚ ਨਜ਼ਰ ਹੀ ਨਹੀਂ ਆਉਂਦਾ ਕਿ ਉਸ ਬੰਦੇ ਨੇ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਹੋਵੇ ਜਿੰਦੇ ਕਰਕੇ ਉਹਦੇ ਹੱਕ ਚ ਬੋਲਣਾ ਚਾਹੀਦਾ ਜਾਂ ਉਹਦੇ ਵਾਸਤੇ ਕੋਈ ਮੈਨੂੰ ਹਮਦਰਦੀ ਹੋਣੀ ਚਾਹੀਦੀ ਹੈ ਉਹਨੇ ਪੰਜਾਬ ਦਾ ਮਾਹੌਲ ਖਰਾਬ ਕਰ ਰੱਖਿਆ ਉਹਨੇ ਯੰਗ ਬੱਚਿਆਂ ਦੇ ਵਿੱਚ ਗਲਤ ਇਮਪ੍ਰੈਸ਼ਨ ਪਾ ਰੱਖਿਆ ਲਾਰੈਂਸ ਬਿਸ਼ਨੋਈ ਨਾ ਹੋ ਗਿਆ ਕਿ ਉਹਨੂੰ ਹੀਰੋਇਜ਼ਮ ਦਾ ਇੱਕ ਤਕ ਮੁਤਮਕਾ ਦੇ ਦਿੱਤਾ ਜਾਂਦਾ ਕਿਉਂਕਿ ਉਹ ਮਰਡਰ ਜਾਂ ਰੈਂਸਮ ਜਾਂ ਕਿਡਨਾਪਿੰਗ ਦੀ ਦੁਨੀਆ ਦੇ ਵਿੱਚ ਉਹਦਾ ਨਾਮ ਹੈ ਕੀ ਆ ਉਸ ਬੰਦੇ ਤੋਂ ਕਿਸੇ ਨੂੰ ਡਰਨ ਦੀ ਜ਼ਰੂਰਤ ਹੈ ਉਹ ਉਸ ਬੰਦੇ ਦੇ ਉੱਤੇ ਕਿਸੇ ਦਾ ਹੱਥ ਹੈ ਜਿਹਦੇ ਕਰਕੇ ਉਹ ਚੱਲ ਰਿਹਾ ਹੈ ਉਹਦੇ ਜਿਹੜੇ ਕੰਮ ਨੇ ਉਹ ਚੱਲੀ ਜਾਂਦੇ ਨੇ ਜਿਸਦੇ ਨੇ ਇੰਟਰਨੈਟ ਦੀ ਫੈਸਿਲਿਟੀ ਬੰਦ ਹੋ ਗਈ ਐਸ ਬੰਦੇ ਦੇ ਅੰਦਰ ਤਾਂ ਹਿੰਮਤ ਨਹੀਂ ਹੈਗੀ ਕਿਸੇ ਤੋਂ ਇੱਕ ਥੱਪੜ ਵੀ ਬਰਦਾਸ਼ਤ ਕਰ ਸਕੇ ਕਿਸੇ ਦਾ ਮੈਨੂੰ ਇਹਦੇ ਤੋਂ ਡਰਨ ਦੀ ਕੀ ਜ਼ਰੂਰਤ ਆ ਪਰ ਜਿਸ ਤਰੀਕੇ ਦੇ ਨਾਲ ਫਰੋਤੀ ਨੈਕਸਸ ਵੱਡਾ-ਵੱਡਾ ਚੱਲ ਰਿਹਾ ਉਹ ਤਾਂ ਕਹਿੰਦੇ ਕਿ ਪਿਛਲੇ ਦਿਨੀ ਇੱਕ ਰਿਕਾਰਡਿੰਗ ਹੋਰ ਵਾਇਰਲ ਹੋਈ ਉਹ ਕੋਈ ਯੂਐਸਏ ਬੰਦਾ ਬੈਠਾ ਉਹਨੂੰ ਥ੍ਰੈਟ ਕਰ ਰਿਹਾ ਕਹਿੰਦੇ ਕਿ ਫਿਰ ਯੂਐਸਏ ਵੀ ਸਾਡੇ ਬੰਦੇ ਬੈਠੇ ਆ ਕੋਈ ਨਾ ਕਿੱਥੇ ਭਜ ਲੈਣਗੇ ਉਹ ਕਹਿੰਦਾ ਉਹ ਅੱਗੇ ਉਹ ਬੰਦਾ ਕਹਿ ਰਿਹਾ ਕਹਿੰਦਾ ਨਹੀਂ ਭਾਈ ਜੀ ਇਸ ਟਾ ਇੰਡੀਆ ਵੀ ਆਉਣਾ ਹੁੰਦਾ ਸਾਡੀ ਤੁਹਾਡੇ ਕੇਸਵਾਰ ਦੇ ਨਾਲ ਗੱਲ ਹੋਈ ਹੈ ਕੋਈ ਭਾਨਾ ਨਾਂ ਦਾ ਬੰਦਾ ਉਹ ਜੇਲ੍ਹ ਦੇ ਵਿੱਚ ਉਹਦਾ ਜ਼ਿਕਰ ਹੋ ਰਿਹਾ ਸੀਗਾ ਸਰ ਦੇਖੋ ਇਹ ਇੱਕ ਵਪਾਰ ਹੈ ਇਨੂੰ ਤੁਸੀਂ ਜੇ ਪਿਓਰਲੀ ਵਪਾਰ ਦੀ ਨਿਗਾਹ ਨਾਲ ਦੇਖੋਗੇ ਤਾਂ ਪਿਕਚਰ ਤੁਹਾਡੇ ਸਾਹਮਣੇ ਐ ਦੁੱਧ ਤਰ੍ਹਾਂ ਕਲੀਅਰ ਹੋ ਜਾਏਗੀ ਬਿਲਕੁਲ ਪਾਣੀ ਤਰ੍ਹਾਂ ਕਲੀਅਰ ਹੋ ਜਾਏਗੀ ਤੁਸੀਂ ਦੇਖੋਗੇ ਕਿ ਵੀ ਇਹ ਇੱਕ ਬਿਜ਼ਨਸ ਮਾਡਲ ਹੈ ਜਿੰਨੀ دہشت ਫਲਾਓਗੇ ਜਿੰਨੀ ਤੁਸੀਂ ਇਸ ਤਰ੍ਹਾਂ ਦੇ ਕਾਂਡ ਕਰੋਗੇ ਪਿੱਛੇ ਜੇ ਆਪਨੇ ਇੱਕ ਪੰਜਾਬੀ ਸਿੰਗਰ ਦੇ ਘਰ ਦੇ ਵਿੱਚ ਕੈਨੇਡਾ ਦੇ ਵਿੱਚ ਗੋਲੀਆਂ ਚਲੀਆਂ ਠੀਕ ਹੈ ਜੀ ਉਹਦੇ ਵਿੱਚ ਕਿਹਾ ਗਿਆ ਕਿ ਵੀ ਗੋਲੀਆਂ ਤਾਂ ਚਲਾਈਆਂ ਤੇਰੀਆਂ ਫਲਾਣੇ ਇੱਕ ਫਿਲਮ ਸਟਾਰ ਦੇ ਨਾਲ ਯਾਰੀ ਦੋਸਤੀ ਹੈ ਉਹ ਬੰਦਾ ਲਾਈਵ ਆ ਕੇ ਉਸ ਯਾਰੀ ਦੋਸਤੀ ਤੋਂ ਮੁਕਰ ਗਿਆ ਆਪਾਂ ਸਾਰਿਆਂ ਨੇ ਦੇਖਿਆ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਵੀ ਆਪਾਂ ਕਿੰਦੇ ਬਾਰੇ ਗੱਲ ਕਰ ਰਹੇ ਹਾਂ ਉਹ ਬੰਦਾ ਮੁਕਰ ਗਿਆ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਵੀ ਉਹਨੇ ਇੱਕ دہشت ਦਾ ਮਾਹੌਲ ਬਣਾਇਆ ਹੋਇਆ ਹੈ ਜਿਹਦੇ ਵਿੱਚ ਜਦੋਂ ਉਹ ਦੇਖਦੇ ਆ ਕਿ ਕੋਈ ਬੰਦਾ ਤਰੱਕੀ ਕਰ ਗਿਆ ਮੈਨੂੰ ਪ੍ਰੋਬਲਮ ਐਸ ਚੀਜ਼ ਤੋਂ ਹੈ ਅੱਜ ਦੀ ਰੇਟ ਦੇ ਵਿੱਚ ਪੰਜਾਬ ਚ ਲੋਕ ਇਹ ਕਹਿਣਾ ਸ਼ੁਰੂ ਹੋ ਗਏ ਕਿ ਇੱਥੇ ਪੰਜਾਬ ਦੇ ਵਿੱਚ ਤਰੱਕੀ ਕਰਨਾ ਤਾਂ ਸੁੱਖ ਹੈ ਲੇਕਿਨ ਉਸ ਤੋਂ ਬਾਅਦ ਤਰੱਕੀ ਨੂੰ ਮੇਨਟੇਨ ਕਰਨਾ ਬੜਾ ਔਖਾ ਹੈ ਕਿਉਂਕਿ ਤੁਹਾਡੇ ਉੱਤੇ ਨਾਲ ਦੀ ਨਾਲ ਹੀ ਜਿਹੜਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਰੈਂਸਮ ਕਾਲਸ ਕਿਡਨੈਪਿੰਗ ਕਾਲਸ ਤੁਹਾਨੂੰ ਮਰਵਾ ਦੇਾਂਗੇ ਐਨੇ ਪੈਸੇ ਦਿਓ ਐਨੇ ਪੈਸੇ ਦਿਓ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿੰਦੇ ਕਰਕੇ ਕੋਈ ਬੰਦਾ ਤਰੱਕੀ ਕਰਨ ਤੋਂ ਵੀ ਡਰਦਾ ਤੁਸੀਂ ਇੱਕ ਵਕੀਲ ਹੋ ਸੀਨੀਅਰ ਵਕੀਲ ਹੋ ਤੁਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਬਹੁਤ ਸਾਰੇ ਤੁਹਾਡੇ ਕੋਲੇ ਕਲਾਇੰਟ ਆਉਂਦੇ ਆ ਲਾਰੈਂਸ ਵਰਗਿਆਂ ਗੈਂਗਸਟਰਸ ਦੇ ਜਾਂ ਜੱਗੂ ਹੋ ਗਿਆ ਇਹਨਾਂ ਦੇ ਵੀ ਕੇਸ ਜਿਹੜੇ ਉਹ ਵਕੀਲ ਲੜਦੇ ਆ ਮੰਨ ਲਓ ਕੱਲ ਨੂੰ ਕਦੇ ਤੁਹਾਡੇ ਕੋਲੇ ਕੇਸ ਆ ਗਿਆ ਲਾਰੈਂਸ ਬਿਸ਼ਨੋਈ ਦਾ ਕਿ ਤੁਸੀਂ ਲੜੋਗੇ ਕਿ ਨਹੀਂ ਲੜੋਗੇ ਨਹੀਂ ਮੈਂ ਲਾਰੈਂਸ ਬਿਸ਼ਨੋਈ ਦਾ ਤਾਂ ਕਿਉਂਕਿ ਮੈਂ ਉਹਦੇ ਖਿਲਾਫ ਲੜ ਰਿਹਾ ਮੈਂ ਕਦੇ ਵੀ ਨਹੀਂ ਕੇਸ ਲੜਾਂਗਾ ਜੱਗੂ ਭਗਵਾਨਪੁਰੀਆ ਹੋ ਗਿਆ ਜਾਂ ਜੋ ਵੀ ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਇਨਵੋਲਡ ਨੇ ਗੈਂਗਸਟਰਸ ਮੈਂ ਕਦੇ ਉਹਨਾਂ ਦੇ ਬਰੀਫ ਨੂੰ ਹੱਥ ਵੀ ਨਹੀਂ ਲਾਵਾਂਗਾ ਲੇਕਿਨ ਜਿਹੜੇ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਪੁਲਿਸ ਗੈਰ ਕਾਨੂੰਨੀ ਤਰੀਕੇ ਦੇ ਨਾਲ ਝੂਠੇ ਮੁਕੱਦਮਿਆਂ ਦੇ ਵਿੱਚ ਵੀ ਲੋਕਾਂ ਨੂੰ ਪਸੰਦੀ ਹੈ ਮੇਰੇ ਕੋਲ ਵੀ ਐਨਡੀਪੀਐਸ ਦੇ ਮਰਡਰ ਦੇ ਕਈ ਕੇਸ ਚੱਲਦੇ ਪਏ ਆ ਉਹਦੇ ਵਿੱਚ ਅਸੀਂ ਦੇਖਦੇ ਆ ਕਿ ਕਈ ਜਗ੍ਹਾ ਦੇ ਉੱਤੇ ਬੰਦੇ ਨੂੰ ਅਰੈਸਟ ਕਿੱਥੋਂ ਦਿਖਾਉਂਦੇ ਨੇ ਤੇ ਸਮਾਨ ਕਿਤੇ ਹੋਰ ਦਿਖਾਉਂਦੇ ਨੇ ਉੱਥੋਂ ਦੀ ਵੀ ਦਿਖਾ ਕੇ ਤੇ ਫਿਰ ਉਹਨਾਂ ਦੇ ਉੱਤੇ ਰਿਕਵਰੀ ਪਾ ਦਿੱਤੀ ਜਾਂਦੀ ਹੈ ਜਾਂ ਉਹਨਾਂ ਨੂੰ ਛੁੱਟੇ ਕੇਸਾਂ ਦੇ ਵਿੱਚ ਇਨਵੋਲ ਕਰ ਲਿੱਤਾ ਜਾਂਦਾ ਸੋ ਫੇਅਰ ਟਰਾਇਲ ਹਰ ਕੈਦੀ ਦਾ ਹੱਕ ਹੈ ਸੋ ਜਿੱਥੋਂ ਤੱਕ ਫੇਅਰ ਟਰਾਇਲ ਦੀ ਗੱਲ ਹੈ ਲੋਰੈਂਸ ਨੂੰ ਵੀ ਟਰਾਇਲ ਮਿਲਦਾ ਪਿਆ ਲਾਰੈਂਸ ਨੂੰ ਵੀ ਕੋਈ ਵਕੀਲ ਪਰਸਿਊ ਕਰ ਰਿਹਾ ਮੈਨੂੰ ਉਸ ਵਕੀਲ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਜਿਹੜੇ ਵੀ ਐਡਵੋਕੇਟ ਸਾਹਿਬ ਜਿਹੜੇ ਹੈਗੇ ਨੇ ਲਾਰੈਂਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜਾਂ ਜੱਗੂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਮੈਨੂੰ ਉਹਨਾਂ ਤੋਂ ਕੋਈ ਦਿੱਕਤ ਨਹੀਂ ਹੈ ਉਹ ਉਹਨਾਂ ਦਾ ਆਪਦਾ ਕੰਮ ਹੈ ਉਹ ਆਪਦਾ ਪ੍ਰੋਫੈਸ਼ਨਲੀ ਦੇਖ ਰਿਹਾ ਹੈ ਕਿਉਂਕਿ ਸਾਡਾ ਸੀਆਰਪੀਸੀ ਇਹ ਕਹਿੰਦਾ ਹੈ ਕਿ ਜਦੋਂ ਕਿਸੇ ਨੂੰ ਸਜ਼ਾ ਦੇਣੀ ਹੈ ਹੁਣ ਕੋ ਇੰਨਾ ਟਾਈਮ ਹੋ ਗਿਆ ਸਿੱਧੂ ਬੁਸੇ ਵਾਲਾ ਦੇ ਮਰਡਰ ਹੋਏ ਨੂੰ ਕੇਸ ਚੱਲ ਰਿਹਾ ਹੈ ਉਹ ਕੇਸ ਚੱਲ ਰਿਹਾ ਤੇ ਇਹਦਾ ਮਤਲਬ ਇਹ ਹੈ ਵੀ ਕੋਰਟ ਉਹਨਾਂ ਨੂੰ ਪੂਰੀ ਸੁਣਵਾਈ ਦਾ ਮੌਕਾ ਦੇ ਰਹੀ ਹੈ ਨਾ ਵੀ ਜ ਤੁਸੀਂ ਵੀ ਦਿਖਾਓ ਸਾਨੂੰ ਕੋਰਟ ਨੂੰ ਉਸ ਤੋਂ ਬਾਅਦ ਫੈਸਲਾ ਕਿੰਨੇ ਕਰਨਾ ਹੈ ਜੱਜ ਨੇ ਜੱਜ ਨੇ ਫੈਸਲਾ ਕਰਨਾ ਹੈ ਵਕੀਲ ਦੀ ਜ਼ਿੰਮੇਵਾਰੀ ਸਿਰਫ ਇਹ ਹੈ ਕਿ ਵੀ ਉਹ ਆਪਦੇ ਕਾਗਜ਼ ਪੂਰੇ ਕਰਕੇ ਕੋਰਟ ਦੇ ਅੱਗੇ ਰੱਖੇ ਸਟਰੈਟਜੀ ਬਣਾ ਕੇ ਕੋਰਟ ਨੂੰ ਦੇਵੇ ਕਿ ਵੀ ਆਹ ਜੀ ਇਹਦੇ ਵਿੱਚ ਸਬੂਤ ਨੇ ਆ ਗਵਾਈਆਂ ਨੇ ਉਹ ਪੂਰੀਆਂ ਕਰਾਵੇ ਸੋ ਜਿੱਥੋਂ ਤੱਕ ਬਾਕੀ ਹੋਰ ਦੋਸ਼ੀਆਂ ਦਾ ਸਵਾਲ ਹੈ ਉਹਦੇ ਵਾਸਤੇ ਜੇ ਮੰਨ ਲਓ ਮੇਰੇ ਕੋਲ ਕੋਈ ਐਹੋ ਜਿਹਾ ਬੰਦਾ ਆਂਦਾ ਜਦੋਂ ਮੈਂ ਫਾਈਲ ਦੇਖਦਾ ਤੇ ਮੈਨੂੰ ਇਹ ਨਜ਼ਰ ਆਉਂਦਾ ਕਿ ਵੀ ਇਹਨੂੰ ਝੂਠਾ ਫਸਾਇਆ ਗਿਆ ਜਾਂ ਗਲਤ ਫਸਾਇਆ ਗਿਆ ਉੱਥੇ ਉਹਦੇ ਵਾਸਤੇ ਕੇਸ ਲੜਨ 'ਚ ਮੈਨੂੰ ਕੋਈ ਦਿੱਕਤ ਨਹੀਂ ਹੈ ਤੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ ਗੌਰਵ ਗਿਲੋਤਰਾ ਸਾਡੇ ਨਾਲ ਸੀਗੇ ਔਰ ਲਾਰੈਂਸ ਬਿਸ਼ਨੋਈ ਇਹਦਾ ਜੋ ਇੰਟਰਵਿਊ ਹੋਇਆ ਉਹਦੇ ਰਿਗਾਰਡਿੰਗ ਤੇ ਨਾਲ ਹੀ ਲਾਰੈਂਸ ਬਿਸ਼ਨੋਈ ਨੇ ਪਿਛਲੇ ਦਿਨੀ ਜੋ ਐਪਲੀਕੇਸ਼ਨ ਜ਼ਾਇਰ ਕੀਤੀ ਹੈ ਕਿ ਇਸ ਕੇਸ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਤੇ ਨਾਲ ਹੀ ਉਹਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਮੈਂ ਨਹੀਂ ਕਰਵਾਇਆ ਔਰ ਇਹ ਜਿਹੜੇ ਇਲਜ਼ਾਮ ਮੇਰੇ ਤੇ ਲਾਏ ਜਾ ਰਹੇ ਆ ਇਸ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ ਔਰ ਖਾਸ ਤੌਰ ਤੇ ਇਹਨਾਂ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਜਿਹੜਾ ਹੋਰ ਵੀ ਉਹਨੂੰ ਸਜ਼ਾਵਾ ਵੀ ਹੋਈਆਂ ਨੇ ਚਾਰ ਕੇਸਾਂ ਦੇ ਵਿੱਚ 71 ਪਰਚੇ ਉਸ ਬੰਦੇ ਦੇ ਉੱਪਰ ਦਰਜ ਨੇ ਤੇ ਨਾਲ ਹੀ ਖਾਸ ਤੌਰ ਤੇ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਇਸ ਪੂਰੇ ਕੇਸ ਦੇ ਵਿੱਚ ਲੜਾਈ ਵੀ ਲੜਨਗੇ ਔਰ ਨਾਲ ਦੀ ਨਾਲ ਹੀ ਇਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਪੂਰਾ ਦਾ ਪੂਰਾ ਇੰਟਰਵਿਊ ਜਿਹੜਾ ਸੋਸ਼ਲ ਮੀਡੀਆ ਤੇ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਡਿਲੀਟ ਵੀ ਹੋਏਗਾ ਐਸਆਈਟੀ ਇਸ ਪੂਰੇ ਕੇਸ ਦੇ ਉੱਪਰ ਬਣੀ ਹੈ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫੌਰੀ ਤੌਰ ਤੇ ਕਾਰਵਾਈ ਕਰਦੀ ਹੋਈ ਨਜ਼ਰ ਆਏਗੀ ਕੈਮਰਾ ਪਰ ਸੰਜਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਚੰਡੀਗੜ੍ਹ